ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡਾ ਸਵਾਗਤ ਹੈਗਾ ਜੀ ਆਪਣੇ ਵਿਚਾਰ ਪ੍ਰੋਗਰਾਮ ਦੇ ਵਿੱਚ। ਤੁਹਾਡੀ ਆਪਣੀ ਰਾਜ ਗਰੁੱਪ ਚੰਗੀ ਪੇਸ਼ ਚੁੱਕੇ ਹੈਗੇ ਆਪਣਾ ਸ਼ੋਅ ਨੂੰ ਲੈ ਕੇ ਤੁਹਾਡੇ ਵਿਹੜੇ ਦੇ ਵਿੱਚ, ਤਾਂ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਜਿੱਦਾਂ ਮੈਂ ਲਾਸਟ ਵੀਕ ਕਿਹਾ ਕਿ ਜਿਹੜਾ ਮੌਸਮ ਹੈਗਾ ਬੜਾ ਨਾਈਸ ਹੈਗਾ, ਸੋ ਨੋ ਨੀਡ ਟੂ ਗੋ ਹੋਲੀਡੇ, ਪੈਸੇ ਸਪੈਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਆਪਾਂ ਇੱਥੇ ਆਪਣੀ ਉਸ ਗਰਮੀ ਦਾ ਆਨੰਦ ਮਾਣ ਸਕਦੇ ਹੈਗੇ। ਅਤੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਗੱਲ ਕਰਨੀ ਹੈਗੀ ਆ, ਕਿਉਂਕਿ ਕਹਿੰਦੇ ਨੇ ਕਿ ਜਿਹੜਾ ਆਪਣਾ ਭਵਿੱਖ ਹੈਗਾ, ਆਪਣਾ ਫਿਊਚਰ ਹੈਗਾ ਬੱਚਿਆਂ ਦੇ ਵਿੱਚ ਹੈਗਾ ਆ, ਸੋ ਆਪਾਂ ਅੱਜ ਗੱਲ ਕਰਨੀ ਹੈਗੀ ਬੱਚਿਆਂ ਦੇ ਲਈ। ਕਿਉਂਕਿ ਆਪਾਂ ਹੋਸਪਿਟਲ ਦੇ ਵਿੱਚ ਦੇਖਿਆ ਕਿ ਕਾਫੀ ਬੱਚੇ ਆਪਣੇ ਇਲਾਜਾਂ ਤੋਂ ਕਾਫੀ ਰੋਂਦੇ ਹੈਗੇ ਆ, ਦੇ ਨੀਡ ਅਵਰ ਹੈਲਪ। ਸੋ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈਗੀ ਆ ਕਿ ਆਪਾਂ ਉਸ ਚੀਜ਼ ਨੂੰ ਅਗਾਂਹ ਲੈ ਕੇ ਆਈਏ, ਆਪਾਂ ਉਹਨਾਂ ਦੀ ਹੈਲਪ ਕਰ ਸਕੀਏ ਜਿੱਥੋਂ ਤੱਕ ਹੋ ਸਕਦਾ ਹੈਗਾ। ਕਹਿੰਦੇ ਨੇ ਕਿ ਕੋਈ ਮਨ ਦੇ ਨਾਲ ਕਰਦਾ ਹੈਗਾ, ਕੋਈ ਧਨ ਦੇ ਨਾਲ ਕਰਦਾ ਹੈਗਾ। ਅਤੇ ਅੱਜ ਜੋ ਮੇਰੇ ਸਟੂਡੀਓ ਵਿੱਚ ਗੈਸਟ ਆਏ ਹੈਗੇ ਆ, ਉਹਨਾਂ ਨੇ ਉਹਨਾਂ ਦੀ ਹੈਲਪ ਕਰਨੀ ਹੈਗੀ ਆ। ਇੱਕ ਚੈਰਿਟੀ ਸ਼ੋਅ ਕਰ ਰਹੇ ਹੈਗੇ ਆਪਾਂ, ਉਹ ਹੈਗਾ ਜੀ ਚਿਲਡਰਨ ਹੋਸਪਿਟਲ ਜਿਹੜਾ ਹੈਗਾ ਬੱਚਿਆਂ ਦਾ, ਉਹਨਾਂ ਦੇ ਲਈ ਆਪਾਂ ਹੈਲਪ ਦੀ ਅੱਜ ਤੁਹਾਡੇ ਕੋਲ ਜ਼ਰੂਰਤ ਕਰ ਰਹੇ ਹੈਗੇ ਹਾਂ ਕਿ ਤੁਸੀਂ ਹੁੰਮ ਹੁਮਾ ਕੇ ਉੱਥੇ ਪਹੁੰਚੋ ਅਤੇ ਤੁਸੀਂ ਉਸ ਬੱਚਿਆਂ ਨੂੰ ਜਿੰਨਾ ਵੀ ਆਪਾਂ ਯੋਗਦਾਨ ਦੇ ਸਕਦੇ ਹੈਗੇ ਹਾਂ ਦੇਣਾ ਚਾਹੀਦਾ ਹੈਗਾ। ਕਿਉਂਕਿ ਬੱਚੇ ਹੀ ਆਪਣਾ ਭਵਿੱਖ ਹੈਗਾ, ਜੇ ਆਪਾਂ ਆਪਣੇ ਭਵਿੱਖ ਨੂੰ ਹੁਣ ਤੋਂ ਸੰਭਾਲਾਂਗੇ, ਹੁਣ ਤੋਂ ਉਹਨਾਂ ਦੀ ਰੱਖਿਆ ਕਰਾਂਗੇ, ਹੁਣ ਤੋਂ ਉਹਨਾਂ ਦੀ ਸਪੋਰਟ ਕਰਾਂਗੇ, ਅਤੇ ਅੱਗੇ ਜਾ ਕੇ ਆਪਣਾ ਨਾਮ ਹੈਗਾ ਕਹਿੰਦੇ ਨੇ ਕਿ ਰੋਸ਼ਨੀ ਵਾਂਗੂ ਚਮਕਦਾ ਹੈਗਾ। ਸੋ ਇਸ ਦੇ ਲਈ ਅੱਜ ਮੈਂ ਆਪਣੇ ਸਟੂਡੀਓ ਦੇ ਵਿੱਚ ਦੋ ਲੈਜੈਂਡ ਲੈ ਕੇ ਆਈ ਹੈਗੀਆਂ, ਕਿਉਂਕਿ ਤੁਸੀਂ ਇਹਨਾਂ ਦੇ ਕਾਫੀ ਗਾਣੇ ਸੁਣ ਸੁਣ ਕੇ ਪਾਰਟੀਆਂ ਦੇ ਵਿੱਚ ਨੱਚੇ ਵੀ ਹੈਗੇ ਆ। ਅਤੇ ਅੱਜ ਮਿਲਣ ਦਾ ਮੌਕਾ ਮਿਲਿਆ ਹੈਗਾ ਕਾਫੀ ਟਾਈਮ ਤੋਂ ਬਾਅਦ ਚੋਂ, ਤਾਂ ਹੋਪ ਤੁਸੀਂ ਇਹਨਾਂ ਦੀ ਜਿਹੜੀ ਇੰਟਰਵਿਊ ਹੈਗੀ ਆ ਨੋਮਲਾ ਵਾਂਗੂ ਤੁਸੀਂ ਜ਼ਰੂਰ ਪਸੰਦ ਕਰੋਗੇ। ਪਹਿਲਾਂ ਤੁਹਾਡੇ ਅੱਗੇ ਪੇਸ਼ ਕਰਦੇ ਹੈਗੇ ਹਾਂ ਜੀ ਮਿਸਟਰ ਬਲਬੀਰ ਭੁਜਹੰਗੀ ਜੀ, ਕਿਉਂਕਿ ਜਿਨ੍ਹਾਂ ਨੇ ਮਿਊਜ਼ਿਕ ਦੀ ਫਾਊਂਡੇਸ਼ਨ ਰੱਖੀ ਹੈ, ਮਿਊਜ਼ਿਕ ਦੇ ਪਾਇਨੀਅਰ ਹੈਗੇ ਆ, ਜਿਨ੍ਹਾਂ ਨੇ ਮਿਊਜ਼ਿਕ ਦੀ ਸ਼ੁਰੂਆਤ ਕੀਤੀ ਹੈ ਅਤੇ ਕਾਫੀ ਚੈਰਿਟੀ ਸ਼ੋਅ ਕਰਦੇ ਆ ਰਹੇ ਹੈਗੇ ਹਾਲੇ ਤੱਕ, ਜਿਨ੍ਹਾਂ ਦੇ 50 ਸਾਲ ਹੋ ਚੁੱਕੇ ਹੈਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਨਾਲ ਆਪਣੇ ਬੈਠਿਆ ਗਿਆ ਜੀ ਲੈਜੈਂਡ ਮਿਸਟਰ ਬਲਵਿੰਦਰ ਸਫਰੀ ਜੀ, ਜਿਹੜੇ ਤੁਸੀਂ ਵੀ ਕਾਫੀ ਚੈਰਿਟੀ ਸ਼ੋਅ ਕਰਦੇ ਹੈਗੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਤੇ ਅੱਜ ਆਪਾਂ ਦੋ ਲੈਜੈਂਡ ਲੈ ਕੇ ਆ ਗਏ ਹਾਂ ਤੁਹਾਡੇ ਲਈ, ਜਿਨ੍ਹਾਂ ਨੇ ਜਦ ਤੋਂ ਸ਼ੁਰੂਆਤ ਕੀਤੀ ਹੈਗੀ ਆ, ਕੋਈ ਨਾ ਕੋਈ ਜਦੋਂ ਵੀ ਕਿਤੇ ਚੈਰਿਟੀ ਸ਼ੋਅ ਹੁੰਦਾ ਹੈਗਾ ਅਤੇ ਫਰੀ ਆਫ ਕੋਸਟ ਆਉਂਦੇ ਹੈਗੇ ਆ, ਆਪਣਾ ਖਰਚਾ ਆਪ ਖੁਦ ਕਰਦੇ ਹੈਗੇ ਆ ਅਤੇ ਵੱਧ ਤੋਂ ਵੱਧ ਹੈਲਪ ਕਰਦੇ ਹੈਗੇ ਆ। ਸੋ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਕਿ ਇਹਨਾਂ ਨੇ ਜਿਹੜਾ ਅੱਜ ਇਹ ਕਦਮ ਚੁੱਕਿਆ ਹੈਗਾ ਨਿਆਣਿਆਂ ਦੇ ਲਈ, ਕਿਉਂ ਇਹਨਾਂ ਨੂੰ ਕਿਉਂ ਲੱਗਾ ਕਿ ਦੇ ਹੈਵ ਟੂ ਡੂ ਸਮਥਿੰਗ ਫੋਰ ਦਾ ਖੇਡਸ, ਵਾਈ ਨੋਟ। ਜੇ ਤੁਸੀਂ ਪ੍ਰੋਗਰਾਮ ਦੇ ਵਿੱਚ ਫੋਨ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਕਰ ਸਕਦੇ ਹੈਗੇ ਹਾਂ, ਕਿਉਂਕਿ ਲਾਈਨਾਂ ਆਪਾਂ ਖੋਲੂਗੇ। ਬਟ ਉਸ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਵਾਈ ਦੇ ਚੂਜ਼ ਦੀਸ ਥਿੰਗਸ, ਕਿ ਦੇ ਹੈਵ ਟੂ ਡੂ ਫੋਰ ਨਿਆਣਿਆਂ ਦੀ ਚੈਰਿਟੀ। ਆਪਾਂ ਪਹਿਲਾਂ ਸ਼ੁਰੂਆਤ ਕਰਦੇ ਹੈਗੇ ਹਾਂ ਚੰਗੀ ਜੀ ਤੁਹਾਡੇ ਕੋਲੋਂ, ਕਿ ਜਿਹੜੀ ਆਪਾਂ ਚੈਰਿਟੀ ਕਰ ਰਹੇ ਹੈਗੇ ਹਾਂ ਫਰਾਈਡੇ ਨੂੰ, ਕੱਲ੍ਹ ਨੂੰ ਇਸ ਕੋਲ ਚਿਲਡਰਨ ਹੋਸਪਿਟਲ ਨਿਆਣਿਆਂ ਲਈ ਆਪਾਂ ਕਰ ਰਹੇ ਹੈਗੇ ਹਾਂ, ਵਾਈ ਯੂ ਥਿੰਕ ਯੂ ਹੈਵ ਟੂ ਡੂ ਸਮਥਿੰਗ ਲਾਈਕ ਦਿਸ, ਕਿਉਂਕਿ ਤੁਸੀਂ ਕਾਫੀ ਚੈਰਿਟੀ ਉੱਦਾਂ ਕਰਦੇ ਹੈਗੇ ਆ। ਆਈ ਥਿੰਕ ਇਫ ਆਮ ਨਾਟ ਰੋਂਗ ਦਿਸ ਇਜ਼ ਯੂਰ ਫਸਟ ਚੈਰਿਟੀ ਜਿਹੜੀ ਆਪਾਂ ਲਾਈਕ ਹੋਸਪਿਟਲ ਦੇ ਲਈ ਕਰ ਰਹੇ ਹੈਗੇ ਆ। ਹਾਂਜੀ, ਜਦੋਂ ਮਤਲਬ ਜਿਵੇਂ ਤੁਸੀਂ ਕਿਹਾ ਕਿ 50 ਸਾਲ ਹੋ ਗਏ ਭੁਜਹੰਗੀ ਗਰੁੱਪ ਨੂੰ ਸਟੇਜ ਉੱਤੇ, 1967 ਵਿੱਚ ਭੁਜਹੰਗੀ ਗਰੁੱਪ ਨੇ ਸ਼ੁਰੂ ਕੀਤਾ ਸਮੈਤ ਗੁਰਦੁਆਰੇ ਤੋਂ। ਸਾਡੇ ਮਾਸਟਰ ਦਰਸ਼ਨ ਸਿੰਘ ਭੋਗਲ ਨੇ ਕਿਹਾ ਸੀਗਾ ਕਿ ਜਦੋਂ ਤੁਸੀਂ ਗੁਰਦੁਆਰੇ ਪ੍ਰੋਗਰਾਮ ਕਰਨਾ ਜਾਂ ਕਿਸੇ ਧਾਰਮਿਕ ਜਗ੍ਹਾ 'ਤੇ ਕਰਨਾ, ਤੁਸੀਂ ਫਰੀ ਸੇਵਾ ਕਰਨੀ। ਜਦੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਹੋ ਜਿੱਥੇ ਜ਼ਰੂਰਤ ਆ, ਖਾਸ ਕਰ ਸਿੱਖ ਧਰਮ ਇਸ ਕਰਕੇ ਹੈਗਾ ਕਿ ਜਿੰਨੇ ਜਦੋਂ ਵੀ ਲੋਕਾਂ 'ਤੇ ਭੀੜ ਬਣਦੀ ਆ ਅਤੇ ਸਿੱਖ ਧਰਮ ਹਮੇਸ਼ਾ ਹੀ ਉਹਨਾਂ ਦੀ ਮਦਦ ਕਰਦਾ। ਅਤੇ ਸਾਡੇ ਦਰਸ਼ਨ ਸਿੰਘ ਭੋਲ ਨੇ ਆਖਿਆ ਸੀ ਕਿ ਹਮੇਸ਼ਾ ਤੁਸੀਂ ਮਤਲਬ ਮਦਦ ਕਰਨੀ ਲੋਕਾਂ ਦੀ, ਜਦੋਂ ਵੀ ਕੋਈ ਚਾਰਟੀ ਸ਼ੋਅ ਹੁੰਦਾ, ਕੋਈ ਪ੍ਰੋਗਰਾਮ ਹੋਵੇ, ਚਾਹੇ ਕਿਸੇ ਤਰ੍ਹਾਂ ਦਾ ਵੀ ਗੁਰਦੁਆਰੇ ਪ੍ਰੋਗਰਾਮ ਹੋਵੇ ਜਾਂ ਕਿਸੇ ਤਰ੍ਹਾਂ ਵੀ ਮੰਦਿਰ ਵਿੱਚ ਜਾਂ ਹੋਰ ਵੀ ਕੱਚ ਚਾਰਟੀ ਪ੍ਰੋਗਰਾਮ, ਅਸੀਂ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਲੈਂਦੇ ਹਾਂ ਔਰ ਹਮੇਸ਼ਾ ਇਸ ਕਰਕੇ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਅਤੇ ਹਾਂਜੀ ਸਫਰੀ ਜੀ, ਤੁਹਾਡੇ ਕੋਲੋਂ ਪੁੱਛਦੇ ਹੈਗੇ ਕਿਉਂਕਿ ਤੁਹਾਡੇ ਕਾਫੀ ਗਾਣੇ ਵੀ ਹੈਗੇ ਆ ਜਿਹੜੇ ਆਪਾਂ ਸ਼ੇਰਾਂ ਵਾਂਗੂ ਘੁੰਮਦੇ ਰਹਿੰਦੇ ਪੁੱਤ ਸਰਦਾਰਾਂ ਦੇ, ਕਹਿੰਦੇ ਨੇ ਕਿ ਜਿਹੜੀ ਆਪਣੀ ਕੌਮ ਹੈਗੀ ਆ ਆਪਾਂ ਸ਼ੇਰਾਂ ਵਾਂਗੂ ਗੱਜ ਕੇ ਹਰੇਕ ਚੀਜ਼ ਦਾ ਸਾਹਮਣਾ ਕਰ ਸਕਦੇ ਹੈਗੇ ਹਾਂ। ਇਹ ਜਿਹੜੀ ਤੁਸੀਂ ਨਾਲ ਭੁਜਹੰਗੀ ਜੀ ਦੇ ਜਿਹੜੀ ਤੁਸੀਂ ਕੱਲ੍ਹ ਸਟੇਜ ਸ਼ੇਅਰ ਕਰਨੀ ਹੈਗੀ ਆ, ਤੁਸੀਂ ਵੀ ਕਿਉਂ ਸੋਚਿਆ ਕਿ ਆਪਾਂ ਨੂੰ ਆਪਣਾ ਜਿਹੜਾ ਭਵਿੱਖ ਹੈ, ਜਿੱਦਾਂ ਮੈਂ ਕਿਹਾ ਕਿ ਆਪਣਾ ਜਿਹੜੇ ਬੱਚੇ ਹੈਗੇ ਆਪਣਾ ਭਵਿੱਖ ਹੈਗੇ ਆ, ਤੁਹਾਨੂੰ ਦਿਲ ਨੂੰ ਕਿਹੜੀ ਗੱਲ ਛੂਈ ਕਿ ਯੂ ਜਸਟ ਥਿੰਕ ਯੂ ਹੈਵ ਟੂ ਡੂ ਦਿਸ ਸ਼ੋਅ? ਮੈਨੂੰ ਲੱਗਦਾ ਕਿ ਨਾਟ ਓਨਲੀ ਚਿਲਡਰਨ ਚੈਰਿਟੀ, ਕੋਈ ਵੀ ਚੈਰਿਟੀ ਹੋਵੇ, ਸਾਨੂੰ ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਉਹਦੇ 'ਚ ਹਿੱਸਾ ਲੈਣਾ ਚਾਹੀਦਾ, ਸਪੋਰਟ ਕਰਨੀ ਚਾਹੀਦਾ, ਬਿਸ਼ਰਤੇ ਕਿ ਜਿਹੜੀ ਚੈਰਿਟੀ ਉਹ ਜੈਨੂਨ ਹੋਵੇ ਨਾ, ਰਜਿਸਟਰ ਹੋਵੇ।
ਜੈਨੂਨ ਹੋਵੇ ਉਹਦੇ ਵਿੱਚ ਸਾਨੂੰ ਕੋਈ ਮਾਣ ਨਹੀਂ ਕਿ ਅਸੀਂ ਉਹਦੇ 'ਚ ਉਹ ਹਿੱਸਾ ਲੈ ਸਕੀਏ ਜਾਂ ਆਪਣੀ ਕੰਟਰੀਬਿਊਸ਼ਨ ਕਰ ਸਕੀਏ। ਕਿਉਂਕਿ ਮੈਂ ਤਕਰੀਬਨ 91 ਤੋਂ ਜਿੱਥੇ ਅਸੀਂ ਕਮਰਸ਼ਲ ਪਰਫੋਰਮ ਕੀਤੇ ਆ ਉੱਥੇ ਚੈਰਿਟੀ ਨੂੰ ਵੀ ਮੈਂ ਮੂਹਰੇ ਰੱਖਿਆ। ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਸਾਡੇ ਕੋਲ ਫਾਇਦਾ ਵੀ ਲਿਆ, ਸਾਨੂੰ ਯੂਜ਼ ਵੀ ਕੀਤਾ ਕਿ ਫਰੀ ਪ੍ਰੋਗਰਾਮ ਕਰਵਾ ਲੈਣੇ, ਬਾਅਦ 'ਚ ਇਹਨੂੰ ਪਤਾ ਲੱਗਣਾ ਕਿ ਉਹ ਚੈਰਿਟੀ ਨਹੀਂ ਸੀ, ਉਹ ਤਾਂ ਜੇਬਾਂ 'ਚ ਪੈਸੇ ਗਏ ਉਹਨਾਂ ਨੇ। ਸੋ ਉਸ ਤੋਂ ਬਾਅਦ ਇਹ ਜਾਣਨਾ ਬਹੁਤ ਹਾਰਡ ਹੈ, ਬਹੁਤ ਮੁਸ਼ਕਿਲ ਹੈ ਕਿ ਕਿਹੜੀ ਚੈਰਿਟੀ ਜੈਨੂਇਨ ਹੈ ਕਿਹੜੀ ਨਹੀਂ ਹੈਗੀ। ਸੋ ਉਹਦੇ ਵਿੱਚ ਤੁਹਾਡੀਆਂ ਕੋਈ ਸ਼ਰਤਾਂ ਤੁਹਾਨੂੰ ਰੱਖਣੀਆਂ ਪੈਂਦੀਆਂ, ਫਿਰ ਤੁਸੀਂ ਫਾਈਂਡ ਆਊਟ ਕਰ ਸਕਦੇ ਕਿਹੜੀ ਚੈਰਿਟੀ ਜਿਹੜੀ ਜੈਨੂਇਨ ਆ। ਹੁਣ ਜਿਹੜੀ ਕੱਲ੍ਹ ਸੀ ਚੈਰਿਟੀ ਆ, ਕੱਲ੍ਹ ਹੋ ਰਿਹਾ ਜਿਹੜਾ ਸ਼ੋਅ ਹੈ, ਉਹਦੇ ਵਿੱਚ ਸਾਨੂੰ ਪਤਾ ਹੈ ਕਿ ਉਹ ਜਿਹੜੇ ਰੈੱਡ ਲੀਫ ਜਿਹੜਾ ਵਰਲਡ ਬਫੇ ਉਹਨਾਂ ਦੀ ਚੈਰਿਟੀ ਜਿਹੜੀ ਹੈ ਜੈਨੂਇਨ ਆ, ਕਿਉਂਕਿ ਉਹਨਾਂ ਨੇ ਆਪਣਾ ਬਕਾਇਦਾ ਚੈਰਿਟੀ ਨੰਬਰ ਦਿੱਤਾ ਹੋਇਆ ਔਰ ਉਹਨਾਂ ਨੇ ਉਸ ਚੈਰਿਟੀ ਦੇ ਵਿੱਚ ਉਹਨਾਂ ਦੇ ਜਿਹੜੇ ਚਿਲਡਰਨ ਹੋਸਪਿਟਲ ਤੋਂ ਜਿਹੜੇ ਆ ਉਹ ਵੀ ਨੁਮਾਇੰਦੇ ਜਿਹੜੇ ਡਾਕਟਰ ਉਹ ਵੀ ਉੱਥੇ ਪਹੁੰਚ ਰਹੇ ਆ, ਉਹਨਾਂ ਨੇ ਉਸੇ ਵੇਲੇ ਉਹਨਾਂ ਨੂੰ ਜਿਹੜੀ ਆ ਚੈਰਿਟੀ ਦੇ ਪੈਸੇ ਉਸ ਵੇਲੇ ਫੜਾ ਲੈਣੇ ਉਹਨਾਂ ਨੇ। ਸੋ ਇਹੋ ਜਦੋਂ ਇਹੋ ਜਿਹੀਆਂ ਚੈਰਿਟੀਆਂ ਦੇ ਵਿੱਚ ਸਾਨੂੰ ਕੋਈ ਮਾਇੰਡ ਨਹੀਂ ਕਿ ਅਸੀਂ ਫਰੀ ਕਰੀਏ ਜਾਂ ਆਪਣੇ ਕੋਸਟ ਵੀ ਲਈਏ ਜਾਂ ਕੁਛ ਵੀ ਕਰੀਏ, ਸਾਨੂੰ ਕੋਈ ਮਾਇੰਡ ਨਹੀਂ ਗਾ। ਪਰ ਜਿੱਥੇ ਚੈਰਿਟੀਆਂ ਆਪਣੇ ਜੇਬਾਂ 'ਚ ਪਾਉਂਦੇ ਆ ਲੋਕ ਉੱਥੇ ਬੜਾ ਦੁੱਖ ਲੱਗਦਾ। ਹਾਂਜੀ, ਕਹਿੰਦੇ ਨੇ ਕਿ ਜੇ ਆਪਾਂ ਕਿਸੇ ਨੂੰ ਕੁਛ ਦਿੰਦੇ ਵੀ ਹੈਗੇ ਹਾਂ ਤਾਂ ਉਹ ਪਰਮਾਤਮਾ ਕਿਸੇ ਨਾ ਕਿਸੇ ਰੂਪ 'ਚ ਆਪਾਂ ਨੂੰ ਵਾਪਸ ਦਿੰਦਾ ਹੈ। ਬਿਲਕੁਲ ਬਿਲਕੁਲ। ਪਰ ਜੇ ਆਪਾਂ ਕਿਸੇ ਦੇ ਹੱਕ ਦੀ ਖੋਹ ਕੇ ਖਾਂਦੇ ਹੈਗੇ ਹਾਂ, ਦੈਟਸ ਕੁਆਇਟ ਬੈਡ, ਹੈ ਨਾ? ਕਿਉਂਕਿ ਆਪਾਂ ਹਮੇਸ਼ਾ ਜਿਹੜੀ ਚੈਰਿਟੀ ਹੈਗੀਆਂ ਰਜਿਸਟਰ ਜਦੋਂ ਹੁੰਦੀਆਂ ਹੈਗੀਆਂ ਦੈਨ ਯੂ ਹੈਵ ਟੂ ਡੂ ਇਟ, ਕਿਉਂਕਿ ਅੱਜ ਕੱਲ੍ਹ ਕਾਫੀ ਇੱਦਾਂ ਸੁਣਦਾ ਵੀ ਮੌਕਾ ਮਿਲਦਾ ਹੈਗਾ। ਅਤੇ ਤੁਸੀਂ ਆਪਾਂ ਹੁਣ ਗੱਲ ਕਰੀਏ, ਕਿਉਂਕਿ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੈਗੇ ਆ ਸਫਰੀਜ਼ ਬੋਏ, ਜਿਹੜਾ ਸਾਡਾ ਗਰੁੱਪ ਹੈਗਾ ਸਫਰੀ ਬੋਇਜ਼, ਉਹ ਹਜੇ ਵੀ ਆਪਾਂ ਉਸ ਨੂੰ ਚਲਾ ਰਹੇ ਹੈਗੇ ਹਾਂ ਕਿ ਇੱਕ ਤੁਸੀਂ ਇਕੱਲੇ ਹੀ ਨਹੀਂ? ਉਹਦੇ 'ਚ ਹੁਣ ਐਕਚੁਲੀ ਰਾਜੀ ਜਿਹੜਾ ਨਾ ਸਟਰਕਚਰ ਆ ਗਰੁੱਪਾਂ ਦਾ ਉਹ ਚੇਂਜ ਹੋ ਗਿਆ ਹੈਗਾ ਥੋੜ੍ਹਾ। ਪਹਿਲਾਂ ਹੁੰਦਾ ਸੀਗਾ ਕਿ ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਸੀ ਅਤੇ ਜਿਹੜੇ ਇੱਕ ਗਰੁੱਪ ਦੇ ਬੰਦੇ ਆ ਉਹ ਦੂਸਰੇ ਗਰੁੱਪ ਨਾਲ ਪਰਫੋਰਮ ਨਹੀਂ ਕਰਦੇ ਸੀ, ਪਲੇ ਨਹੀਂ ਕਰਦੇ ਸੀ। ਪ੍ਰੋਗਰਾਮ ਬਹੁਤ ਜ਼ਿਆਦਾ ਹੁੰਦੇ ਸੀ ਕਿਉਂਕਿ ਉਦੋਂ ਲਾਈਵ ਸੀਨ ਜਿਹੜਾ ਸੀਗਾ ਉਹ ਬਹੁਤ ਅੱਗੇ ਸੀਗਾ। ਅਤੇ ਹੁਣ ਲੋਕਾਂ ਦੇ ਕੋਲ ਪ੍ਰੋਗਰਾਮ ਘੱਟ ਗਏ, ਜਿਹੜੇ ਮਿਊਜ਼ੀਸ਼ੀਅਨ ਆ ਉਹਨਾਂ ਨੂੰ ਜਿੱਥੇ ਵੀ ਪ੍ਰੋਗਰਾਮ ਮਿਲਦਾ ਆ ਉੱਥੇ ਹੀ ਉਹ ਚਲੇ ਜਾਂਦੇ ਹੈਗੇ। ਉਹਨਾਂ ਨੂੰ ਗਰੁੱਪ ਨਾਲ ਕੋਈ ਬੰਦੂਗਰੀ ਨਹੀਂ ਵੀ ਅਸੀਂ ਐਸੇ ਗਰੁੱਪ ਨਾਲ ਹੀ ਪਲੇ ਕਰਨਾ ਜਾਂ ਇਸ ਗਰੁੱਪ ਨੂੰ ਛੱਡ ਕੇ ਉੱਥੇ ਨਹੀਂ ਜਾਣਾ। ਜਿਹੜੇ ਮੇਰੇ ਨਾਲ ਦੇ ਸਫਰੀ ਬੋਇਜ਼ ਗਰੁੱਪ ਹੈਗੇ ਉਹ ਹਾਲੇ ਵੀ ਹੈਗੇ ਮੇਰੇ ਨਾਲ, ਅਤੇ ਉਹਨਾਂ ਨੂੰ ਇਹ ਆ ਕਿ ਪਹਿਲਾਂ ਦੱਸਣਾ ਪੈਂਦਾ ਕਿਉਂਕਿ ਉਹਨਾਂ ਦੇ ਆਪਣੇ ਵੀ ਕਈ ਰਹੇ, ਉਹਨਾਂ ਦੇ ਆਪਣੇ ਕਮਿਟਮੈਂਟ, ਕਿਉਂਕਿ ਲਾਈਫ ਵੀ ਅੱਜ ਕੱਲ੍ਹ ਕਾਫੀ ਬਿਜ਼ੀ ਹੈ। ਹਾਂਜੀ, ਸੋ ਸਾਰਾ ਕੁਛ ਉੱਦਾਂ ਹੀ ਆ, ਪਰ ਉਹਨਾਂ ਨੂੰ ਥੋੜ੍ਹੇ ਐਡਵਾਂਸ ਇਨਫੋਰਮੇਸ਼ਨ ਦੇਣੀ ਪੈਂਦੀ, ਨੋਟਿਸ ਦੇਣਾ ਪੈਂਦਾ ਹੈਗਾ। ਸੋ ਜਿੱਦਾਂ ਤੁਸੀਂ ਕਿਹਾ ਕਿ ਅੱਜ ਕੱਲ੍ਹ ਜਿਹੜਾ ਪਹਿਲਾ ਮਾਹੌਲ ਸੀਗਾ ਕਿ ਉਹ ਆਪਣੇ ਨਾਲ ਰਹਿੰਦੇ ਹੁੰਦੇ ਸੀ ਗਰੁੱਪ ਵਾਲੇ, ਦੇ ਨੈਵਰ ਗੋ ਟੂ ਅਨਦਰ ਗਰੁੱਪਸ। ਸੋ ਤੁਸੀਂ, ਹਾਂਜੀ, ਜ਼ਿਆਦਾ ਸੀਗੇ ਤੁਸੀਂ ਇੱਦਾਂ ਕੋਈ ਕੰਟੈਕਟ ਕਰਦੇ ਸੀ ਕਿ ਜਿਸ ਆਪਣਾ ਗਰੁੱਪ ਦਾ ਹਿਸਾਬ ਕਿਤਾਬ ਸੀਗਾ? ਨਹੀਂ ਨਹੀਂ ਨਹੀਂ, ਕੋਈ ਕੰਟੈਕਟ ਨਹੀਂ ਸੀ ਕੋਈ ਵੀ। ਅੱਛਾ, ਇੱਕ ਕਮਿਟਮੈਂਟ ਸੀ, ਇੱਕ ਕਮਿਟਮੈਂਟ ਸੀਗੀ ਕਿ ਹਾਂ ਅਸੀਂ ਇਸ ਗਰੁੱਪ ਦੇ ਸਫਰੀ ਬੋਇਜ਼ ਹਾਂ, ਆਹ ਅਸੀਂ ਭੁਜੰਗੀ ਗਰੁੱਪ ਦੇ ਬੰਦੇ ਹਾਂ, ਆਹ ਅਸੀਂ ਹੈਗੇ ਹਾਂ ਗੋਲਡਨ ਸਟਾਰ ਮਲਕੀਰ ਸਿੰਘ ਦੇ ਬੰਦੇ ਹੈਗੇ ਹਾਂ। ਉਹ ਆਪਣੇ ਆਪ ਨੂੰ ਬੜੀ ਸ਼ਰਮਿੰਦਗੀ ਸਮਝਦੇ ਸੀ ਜਦੋਂ ਦੂਸਰੇ ਗਰੁੱਪ ਨਾਲ ਪਲੇ ਕਰਦੇ ਸੀ। ਯਾਰ ਇਟਸ ਕੁਆਇਟ ਸ਼ੌਕ ਐਕਚੁਅਲੀ। ਹਾਂ, ਇਟ ਇਜ਼, ਕਿਉਂਕਿ ਇੱਕ ਤੁਹਾਨੂੰ ਇਸ ਤੋਂ ਇਹ ਸਮਝ ਆਉਂਦੀ ਸੀ ਕਿ ਜੇ ਇੱਕ ਗਰੁੱਪ ਦਾ ਬੰਦਾ ਦੂਸਰੇ ਗਰੁੱਪ ਨਾਲ ਪਰਫੋਰਮ ਕਰ ਰਿਹਾ ਇਹਦਾ ਮਤਲਬ ਉਸ ਕੋਈ ਪ੍ਰੋਗਰਾਮ ਹੈ ਨਹੀਂ। ਇਹ ਬੜੀ ਇੱਜ਼ਤ ਵਾਲੀ ਗੱਲ ਸੀ ਕਿਉਂਕਿ ਹਰ ਗਰੁੱਪ ਹੀ ਬਿਜ਼ੀ ਸੀਗਾ। ਚੋਲੀ, ਸਹੀ ਗੱਲ, ਹਰ ਗਰੁੱਪ। ਮੈਂ 1980 'ਚ ਇੱਥੇ ਆਇਆ ਸੀ ਇੰਗਲੈਂਡ, ਅਤੇ ਪਹਿਲਾਂ ਮੈਂ ਹੋਰ ਗਰੁੱਪਾਂ ਨਾਲ ਵੀ ਪਰਫੋਰਮ ਕੀਤਾ, ਜਿੱਦਾਂ ਅਸ਼ੋਕਾ ਗਰੁੱਪ ਹੋਇਆ, ਆਜ਼ਾਦ ਗਰੁੱਪ ਹੋਇਆ। ਮੈਂ ਪਹਿਲੇ ਦਿਨ ਤੋਂ ਹੀ 1981 ਮੈਂ ਇੱਥੇ ਆਇਆ, ਸਪਟੰਬਰ 'ਚ ਮੈਂ ਆਇਆ ਸੀਗਾ, ਅਤੇ ਸੈਕਿੰਡ ਸਿਲਚਰਵਾਰ ਮੈਂ ਇੱਥੇ ਲੈਂਡ ਹੋਇਆ ਸੀ, ਅਤੇ ਬੁੱਧਵਾਰ ਨੂੰ ਮੇਰਾ ਪ੍ਰੋਗਰਾਮ ਸੀ ਇੱਥੇ ਵੈਡਿੰਗ ਦਾ। ਸੋ ਇੰਨਾ ਬਿਜ਼ੀ ਸੀਗਾ ਸ਼ਡਿਊਲ, ਹੋ ਤਾਂ ਉਹਦੇ ਵਿੱਚ ਬੰਦੇ ਜਾਂਦੇ ਨਹੀਂ ਸੀ, ਕਿਸੇ ਜਾਂਦੇ ਨਹੀਂ ਸੀ। ਅਤੇ ਤੁਸੀਂ ਦੱਸੋ ਕਿ ਜਿਹੜਾ ਤੁਹਾਡਾ ਗਰੁੱਪ ਸੀਗਾ, ਜਿਸ ਤਰ੍ਹਾਂ ਕਿਹਾ ਕਿ ਕਿਉਂਕਿ ਗਰੁੱਪਸ ਚਲਾਉਣਾ ਇਜ਼ ਕੁਆਇਟ ਹਾਰਡ, ਨਾ ਈਜ਼ੀ ਜੋਬ। ਹਾਂਜੀ, ਸੋ ਤੁਸੀਂ ਕਿੱਦਾਂ ਉਸ ਚੀਜ਼ ਨੂੰ ਮੈਨੇਜ ਕਰਦੇ ਸੀ? ਹਾਊ ਕੈਨ ਯੂ ਮੇਨਟੇਨ? ਪਹਿਲੀ ਗੱਲ ਤਾਂ ਅਸੀਂ ਦੋਨੇ ਭਰਾ ਸੀਗੇ, ਹਾਂਜੀ, ਦਲਬੀਰ ਐਂਡ ਬਲਬੀਰ ਭੁਜੰਗ ਗਰੁੱਪ। ਉਹਨਾਂ ਇਹ ਹੁੰਦਾ ਕਿ ਤੁਹਾਡੀ ਅੰਡਰਸਟੈਂਡਿੰਗ ਹੁੰਦੀ ਭਰਾਵਾਂ ਦੀ ਆਪਸ ਵਿੱਚ। ਅਸੀਂ ਇਕੱਠਿਆਂ ਨੇ 40 ਸਾਲ ਗਾਇਆ ਦਲਬੀਰ ਐਂਡ ਬਲਬੀਰ, ਅਤੇ ਮਤਲਬ ਵੀ ਸਾਨੂੰ ਕਦੇ ਇਸ ਚੀਜ਼ ਦੀ ਪ੍ਰੋਬਲਮ ਨਹੀਂ ਪਈ ਕਿ ਬਈ ਦੂਜੇ ਸਿੰਗਰ ਨੂੰ ਚੇਂਜ ਕਰਨਾ ਪਵੇ।
ਦੂਜਾ ਸੀਗਾ ਕਿ ਅਸੀਂ ਇੱਦਾਂ ਸੀਗਾ ਕਿ ਇੱਕ ਦੂਜੇ ਦੀਆਂ ਲੱਤਾਂ ਨਹੀਂ ਸੀ ਖਿੱਚਦੇ। ਜੇ ਮੈਂ ਕਿਤੇ ਵਧੀਆ ਗਾਣਾ ਗਾ ਤਾਂ ਕਹਿਣਾ ਕਿ ਵਾਹ ਵਾਹ ਕਿਆ ਸੋਹਣਾ ਗਾਣਾ ਗਾਇਆ, ਜੇ ਉਹਨੇ ਗਾਉਣਾ ਮੈਂ ਕਹਿਣਾ ਹਾਂ ਬਈ। ਅਸੀਂ ਇੱਕ ਦੂਜੇ ਬੈਕਿੰਗ ਵੀ ਕਰਦੇ ਹੁੰਦੇ, ਹਾਂ ਬੈਕਿੰਗ ਵੀ ਕਰਦੇ ਹੁੰਦੇ ਸਿੱਖ ਦੇ, ਅਤੇ ਮਤਲਬ ਅੰਡਰਸਟੈਂਡਿੰਗ ਸਾਡੀ ਸੀਗੀ। ਅਤੇ ਅਸੀਂ ਐਜ਼ ਅ ਗਰੁੱਪ ਹੋਰ ਬਾਕੀ ਵੀ ਮੈਂਬਰ ਵੀ ਅਸੀਂ ਕਾਫੀ ਚਿਰ ਮਤਲਬ ਰਹੇ ਹੈਗੇ, 20 ਸਾਲ ਜਿੱਦਾਂ ਸਫਰੀ ਨੇ ਦੱਸਿਆ ਕਿ ਇਕੱਠਿਆਂ ਦੇ ਅਸੀਂ ਸਾਰੇ ਮੈਂਬਰਾਂ ਨੇ ਇੱਕੋ ਗਰੁੱਪ 'ਚ, ਦੂਸਰੇ ਗਰੁੱਪ ਨੇ ਉਹਨੇ ਮਿਊਜ਼ਿਕ ਵੀ ਆਪ ਹੀ ਦੇਣਾ, ਅਤੇ ਹਰੇਕ ਜਦੋਂ ਰਿਕਾਰਡਿੰਗ ਕਰਨੀ ਉਦੋਂ ਵੀ ਉਹ ਗਰੁੱਪ ਦੇ ਮੈਂਬਰ ਹੀ ਵਜਾਉਂਦੇ ਹੁੰਦੇ ਸੀਗੇ, ਅਤੇ ਜਦੋਂ ਮਤਲਬ ਸਟੇਜ 'ਤੇ ਗਾਉਣਾ ਗਰੁੱਪ ਦੇ ਮੈਂਬਰਾਂ ਨੇ, ਬਾਹਰਲਾ ਬੰਦਾ ਨਹੀਂ ਸੀ ਲੈਂਦੇ। ਹਾਂਜੀ, ਉਹ ਜਿੱਦਾਂ ਇੱਕ ਕਿਸਮ ਦੀ ਫੈਮਿਲੀ ਹੈ, ਆਪਾਂ ਕਿਸੇ ਦੇ ਨਾਲ ਵੀ ਕੰਮ ਕਰਦੇ ਹੈਗੇ ਹਾਂ, ਐਜ਼ ਏ ਜੇ ਆਪਾਂ ਫੈਮਿਲੀ ਦੇ ਤੌਰ 'ਤੇ ਕੰਮ ਕਰਦੇ ਹਾਂ, ਆਪਣਾ ਕੰਮ ਜਿਹੜਾ ਕਾਫੀ ਅਗਾਂਹ ਤੱਕ ਵੱਧਦਾ ਹੈਗਾ। ਹਾਂਜੀ ਹਾਂਜੀ। ਅਤੇ ਬਲਵਿੰਦਰ, ਜਿੱਦਾਂ ਤੁਸੀਂ ਕਹਿ ਰਹੇ ਕਿ ਤੁਸੀਂ 81 ਦੇ ਵਿੱਚ ਆਏ ਸੀਗੇ, ਬਿਫੋਰ ਆਪਾਂ ਸਿੱਖਿਆ ਹੋਣਾ ਹੈਗਾ, ਕਿਉਂਕਿ ਸਿੱਖਣ ਲਈ ਆਪਾਂ ਨੂੰ ਕੋਈ ਨਾ ਕੋਈ ਜਿਹੜਾ ਪਹਿਲੀ ਗੱਲ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਕਿੱਥੇ ਆ ਰਹੇ ਹੋ। ਮੈਂ ਬਹੁਤ ਤਕਰੀਬਨ ਜਿੰਨੀਆਂ ਵੀ ਇੰਟਰਵਿਊ ਹੋਈਆਂ ਉਹਦੇ ਵਿੱਚ ਮੈਂ ਇਹੀ ਦੱਸਿਆ ਕਿ ਮੇਰੇ ਪਿਤਾ ਜੀ ਪਹਿਲਾਂ ਕੀਰਤਨ ਕਰਦੇ ਹੁੰਦੇ ਸੀ, ਗੁਰਬਾਣੀ ਦਾ, ਫਿਰ ਬਲੱਡ ਟੂ ਬਲੱਡ ਕਿਆ ਰਾਗਾਂ ਦਾ ਕੀਰਤਨ ਕਰਦੇ ਸੀ। ਔਰ ਜਿਹੜੀ ਸਭ ਤੋਂ ਪਹਿਲੀ ਆਵਾਜ਼ ਮੇਰੇ ਕੰਨਾਂ 'ਚ ਪਈ ਜਦੋਂ ਮੈਂ ਹੋਸ਼ ਸੰਭਾਲੀ ਆ, ਉਹ ਸੀ ਗੁਰਬਾਣੀ ਦੀਆਂ ਸ਼ਬਦਾਂ ਦੀ, ਔਰ ਉਹ ਵੀ ਰਾਗਾਂ ਦੇ ਵਿੱਚ ਜਿਹੜੇ ਸ਼ਬਦ ਆ। ਵੈਰੀ ਲੱਕੀ। ਹਾਂਜੀ, ਅਤੇ ਉਹ ਸਭ ਤੋਂ ਪਹਿਲਾਂ ਜਿਹੜੇ ਗੁਰੂ ਮੇਰੇ ਪਿਤਾ ਜੀ ਆ। ਵਾਹ, ਦੱਸਣਾ। ਹਾਂਜੀ, ਉਸ ਤੋਂ ਬਾਅਦ ਸੁਣ ਸੁਣ ਕੇ ਸਕੂਲ ਦੇ ਵਿੱਚ ਜਾ ਕੇ ਤੁਸੀਂ ਰਿਕਾਰਡ ਜਿਹੜੇ ਵੱਜਦੇ ਆ ਸਪੀਕਰਾਂ ਦੇ ਵਿੱਚ, ਉੱਥੋਂ ਸੁਣ ਕੇ, ਰੇਡੀਓ ਤੋਂ ਸੁਣ ਕੇ, ਲਾਗੀ ਸ਼ਾਗੀ ਪਿੰਡਾਂ ਤੋਂ ਸੁਣ ਕੇ, ਰਾਗੀਆਂ ਤੋਂ ਸੁਣ ਕੇ ਤੁਸੀਂ ਬਹੁਤ ਕੁਛ ਸਿੱਖਦੇ ਆ। ਲੱਕੀ ਹੋ ਕਿ ਤੁਸੀਂ, ਤੁਹਾਡਾ ਜਿਹੜਾ ਗੁਰੂ ਹੈਗਾ ਤੁਹਾਡੇ ਪਿਤਾ ਜੀ ਹੈਗੇ ਆ, ਕਿਉਂਕਿ ਕਹਿੰਦੇ ਨੇ ਕਿ ਜਿਹੜੇ ਆਪਣੇ ਪਹਿਲਾਂ ਗੁਰੂ ਹੁੰਦੇ ਹੈਗੇ, ਜਿਹੜੇ ਆਪਾਂ ਨੂੰ ਚੱਲਣਾ ਤੁਰਨਾ ਦੱਸਦੇ ਹੈਗੇ, ਦੁਨੀਆਦਾਰੀ ਦੱਸਦੇ ਹੈਗੇ ਆ, ਮਾਂ ਬਾਪ ਹੈਗੇ ਆ। ਸੋ ਤੁਸੀਂ ਬੜੇ ਲੱਕੀ ਹੈਗੇ ਕਿ ਤੁਸੀਂ ਆਪਣੇ ਡੈਡੀ ਦੇ ਕੋਲੋਂ ਸਿੱਖਿਆ ਹੈਗਾ। ਬਿਲਕੁਲ, ਮੈਂ ਬਹੁਤ ਖੁਸ਼ਕਿਸਮਤ ਹਾਂ ਨਾ, ਕਿਉਂਕਿ ਬਲੱਡ ਟੂ ਬਲੱਡ ਜਦੋਂ ਮਿਊਜ਼ਿਕ ਜਾਂਦਾ ਹੈਗਾ ਇਜ਼ ਰੀਅਲੀ ਨਾਈਸ। ਸੋ ਜਦੋਂ ਤੁਸੀਂ 81 ਦੇ ਵਿੱਚ ਆ ਗਏ ਇੱਥੇ, ਤੁਸੀਂ ਇੱਥੇ ਆ ਕੇ ਜਦੋਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਡਿਡ ਯੂ ਫੀਲ ਲਾਈਕ ਅ ਬਿਟ ਅਨਕੰਫਰਟੇਬਲ, ਕਿਉਂਕਿ ਤੁਸੀਂ ਆਪਾਂ ਪੰਜਾਬ ਤੋਂ ਜਦੋਂ ਬਿਲੋਂਗ ਕਰਦੇ ਹੈਗੇ ਹਾਂ, ਹੋਰ ਕੰਟਰੀ ਦੇ ਵਿੱਚ ਆ ਕੇ ਬਹਿੰਦੇ ਹੈਗੇ ਹਾਂ? ਨਹੀਂ, ਬੇਸ਼ੱਕ ਪੰਜਾਬ ਤੋਂ ਉੱਠ ਕੇ ਇੰਗਲੈਂਡ 'ਚ ਆਇਆ ਮੈਂ, ਪਰ ਇੱਥੇ ਲੋਕ ਤਾਂ ਬਹੁਤ ਸਾਰੇ ਪੰਜਾਬੀ ਸੀ ਨਾ। ਜਾਂ ਮੀਨਸ ਸਮ ਟਾਈਮ ਆਪਾਂ ਨੂੰ ਪ੍ਰੋਬਲਮ ਹੁੰਦੀ ਹੈਗੀ ਆ ਕਿ ਰਹਿਣ ਦੀ, ਜਾਂ ਆਪਾਂ ਨੂੰ ਥੋੜ੍ਹਾ ਕੁ ਬਿਟ ਡਿਫੀਕਲਟ ਲੱਗਦਾ ਹੈਗਾ। ਹਾਂਜੀ, ਨਹੀਂ ਮੈਨੂੰ ਕੋਈ ਅਜੇ ਤਕਲੀਫ ਨਹੀਂ ਹੋਈ, ਕਿਉਂਕਿ ਮੈਂ ਜਿਹੋ ਜਿਹੇ ਆਪਣੇ ਘਰ ਛੱਡ ਕੇ ਇੱਥੇ ਆਇਆ ਸੀ, ਉਹੋ ਜਿਹੇ ਘਰ ਮੈਨੂੰ ਅੱਗੇ ਆ ਕੇ ਮਿਲ ਗਿਆ। ਅਤੇ ਬਾਕੀ ਝਿਜਕ ਮੈਨੂੰ ਬਿਲਕੁਲ ਨਹੀਂ ਸੀ ਇਸ ਗਾਇਕੀ ਦੀ, ਕਿਉਂਕਿ ਮੈਂ ਉੱਥੇ ਜਿੰਨੇ ਵੀ ਸਾਡੇ ਕਾਲਜ ਦੇ ਫੰਕਸ਼ਨਸ ਹੁੰਦੇ ਸੀ ਜਾਂ ਸਾਡੇ ਪ੍ਰਾਈਵੇਟ ਫੰਕਸ਼ਨ, ਕਿਤੇ ਕਿਸੇ ਦਾ ਖਾਣ ਪਾਠ ਹੋਇਆ, ਵਿਆਹਾਂ ਦਾ ਕੀ ਪ੍ਰੋਗਰਾਮ, ਸਿਹਰਾ ਸਿੱਖਿਆ ਪੜ੍ਹਨਾ, ਸੋ ਮੇਰਾ ਥੋੜ੍ਹਾ ਐਕਸਪੀਰੀਅੰਸ ਹੋਇਆ ਸੀ, ਐਕਸਪੀਰੀਅੰਸ ਹੋਇਆ ਸੀ। ਹਾਂਜੀ, ਫਿਰ ਮੇਲਿਆਂ ਦੇ ਵਿੱਚ ਉੱਥੇ ਇੰਡੀਆ ਦੇ ਵਿੱਚ ਗਾਉਣਾ, ਸੋ ਉਹ ਝੱਕ ਖੁੱਲ੍ਹੀ ਸੀ ਸਾਰੀ, ਇੱਥੇ ਆ ਮੈਨੂੰ ਬੜਾ ਈਜ਼ੀ ਲੱਗਾ। ਬਾਕੀ ਭੁਜੰਗੀ ਸਾਹਿਬ ਨੇ ਮੈਨੂੰ ਦੇਖਿਆ ਪਹਿਲੇ ਦਿਨ ਤੋਂ ਹੀ, ਰੀਅਲੀ ਗੁੱਡ ਸਿੰਗਰ, ਇਹਨਾਂ ਨੂੰ ਜ਼ਿਆਦਾ ਤਜ਼ਰਬਾ, ਕਿਉਂਕਿ ਆਪ ਬਹੁਤ ਵਧੀਆ ਸਿੰਗਰ ਹੈਗੇ ਸੀ, ਅਤੇ ਇਹਨਾਂ ਨੂੰ ਪਤਾ ਕਿ ਕੌਣ ਬੰਦਾ ਕਿੱਦਾਂ ਗਾ ਰਿਹਾ, ਇਹ 'ਚ ਕਿੰਨਾ ਕੁ ਕੌਨਫੀਡੈਂਸ ਹੈਗਾ ਆ। ਕਿਉਂ ਜੀ? ਸਹੀ ਗੱਲ, ਸਹੀ ਗੱਲ। ਅਤੇ ਅੱਗੇ ਆਪਾਂ ਸਫਰੀ ਪਹਿਲੇ ਗੱਲ ਕਰਦੇ ਸੀਗੇ ਕਿ ਜੋ ਤੁਸੀਂ ਆਏ ਆ ਉਹਦੇ ਮਤਲਬ ਤੁਹਾਨੂੰ ਸੁਣਦੇ ਰਹੇ ਅਸੀਂ, ਅਤੇ ਇਹ ਰੀਅਲੀ ਗੁੱਡ ਸਿੰਗਰ। ਥੈਂਕ ਯੂ ਭਾਜੀ। ਹਾਂਜੀ, ਪਰ ਇੱਦਾਂ ਬਲਵਿੰਦਰ ਜੀ, ਇੱਦਾਂ ਹੁੰਦਾ ਕਿ ਜਦੋਂ ਆਪਾਂ ਨੂੰ ਕੋਈ ਲੈਜੈਂਡ ਕਦੀ ਹੱਲਾ ਸ਼ੇਰੀ ਦਿੰਦਾ, ਕਿਉਂਕਿ ਯੂ ਆਰ ਲੈਜੈਂਡ ਐਜ਼ ਵੈਲ, ਕਿਉਂਕਿ ਸਿੱਖ ਧਰਮ ਦਾ ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਅਸੀਂ ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੀ ਆ। ਔਰ ਜਦੋਂ ਵੀ ਦਾਦਾ ਕੋਈ ਚਾਰਟੀ ਪ੍ਰੋਗਰਾਮ ਹੋਵੇ, ਹੁਣ ਕਈ ਵਾਰੀ ਮਤਲਬ ਇਹ ਵੀ ਕਹਿ ਦਿੰਦੇ ਆ, ਅਸੀਂ ਗੁਰਦੁਆਰਿਆਂ ਵਿੱਚ ਵੀ ਚਾਰਟੀ ਪ੍ਰੋਗਰਾਮ ਕਰਦੇ ਹਾਂ, ਫਰੀ ਸੇਵਾ ਕਰਦੇ ਹਾਂ। ਉਹ ਕਈ ਵਾਰੀ ਅਗਲੇ ਕਹਿੰਦੇ ਯਾਰ ਇੰਨਾ ਗੁਰਦੁਆਰੇ ਕੋਲ ਪੈਸਾ ਅਤੇ ਤੁਸੀਂ ਲੈ ਲਿਆ ਕਰੋ, ਕੀ ਫਰਕ ਪੈਂਦਾ? ਮੈਂ ਕਿਹਾ ਵੀ ਪੈਸਾ ਉਹ ਚੜਾਵਾ, ਉਹ ਆਪਣੀ ਜਗ੍ਹਾ ਆ, ਰਾਈਟ? ਅਤੇ ਜਿਹੜਾ ਸੰਗਤਾਂ ਨੇ ਮਤਲਬ ਕਿਸੇ ਨੂੰ ਸੁੱਖ ਸੁੱਖੀ ਆ ਜਾਂ ਅਰਦਾਸ ਕੀਤੀ ਆ,
ਉਹ ਪੈਸਾ ਅਸੀਂ ਅਸੀਂ ਤਾਂ ਜਾ ਕੇ ਮੱਥਾ ਟੇਕਣਾ ਹੁੰਦਾ ਗੁਰੂ ਘਰ ਜਾ ਕੇ ਵੀ ਪਰਮਾਤਮਾ ਸਿਹਤ ਬਖਸ਼ੀ, ਤੰਦਰੁਸਤੀ ਬਖਸ਼ੀ। ਅਸੀਂ ਗੁਰੂ ਨੂੰ ਨਮਸਕਾਰ ਨਮਸਕਾਰ ਕਰਨੀ, ਗੁਰੂ ਕੋਲੋਂ ਅਸੀਂ ਪੈਸੇ ਥੋੜ੍ਹੇ ਲੈਣੇ, ਉਹਦੇ ਅਸ਼ੀਰ ਗੁਰੂ ਘਰ ਦੀ ਮਿਹਰਬਾਨੀ ਲੈਣੀ, ਆਸ਼ੀਰਵਾਦ ਲੈਣੀ। ਅਤੇ ਹਾਂਜੀ, ਆਪਾਂ ਚੱਲਦੇ ਹੈਗੇ ਹਾਂ ਇੱਕ ਸ਼ਬਦ ਵੱਲ, ਅਤੇ ਸ਼ਬਦ ਤੋਂ ਬਾਅਦ 'ਚੋਂ ਵਾਪਸ ਫਿਰ ਆਪਾਂ ਇੱਦਾਂ ਹੀ ਤੁਹਾਡੇ ਨਾਲ ਗੱਲਬਾਤ। ਅਤੇ ਵੀ ਕਹਿੰਦੇ ਗਾਓ ਲਿਸਨ ਵਨ ਸ਼ਬਦ ਐਂਡ ਉਸ ਤੋਂ ਬਾਅਦ 'ਚੋਂ ਆਪਾਂ ਸਫਰੀ ਸਾਹਿਬ ਦਾ ਵੀ ਗਾਣਾ ਸੁਣਾਂਗੇ। ਚੱਲਦੇ ਹੈਗੇ ਉੱਚਾ ਦਰ ਬਾਬੇ ਨਾਨਕ ਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਪਸ ਆ ਚੁੱਕੇ ਹੈਗੇ ਹਾਂ ਇਸ ਸ਼ਬਦ ਤੋਂ ਬਾਅਦ। ਹੋਪ ਤੁਸੀਂ ਇਸ ਸ਼ਬਦ ਨੂੰ ਪਸੰਦ ਕੀਤਾ ਹੋਣਾ। ਕਹਿੰਦੇ ਨੇ ਕਿ ਜਦੋਂ ਵੀ ਆਪਾਂ ਕੋਈ ਕੰਮ ਦੀ ਸ਼ੁਰੂਆਤ ਕਰਦੇ ਹੈਗਾ, ਅਤੇ ਜੇ ਆਪਾਂ ਉਸ ਪਰਮਾਤਮਾ ਨੂੰ ਅੱਗੇ ਰੱਖ ਕੇ ਕਰਦੇ ਹੈਗੇ, ਅਤੇ ਪਰਮਾਤਮਾ ਹਮੇਸ਼ਾ ਆਪਣਾ ਕਹਿੰਦੇ ਨੇ ਕਿ ਜਿੱਦਾਂ ਕਿ ਅਸੀਂ ਸਰਬਤ ਦਾ ਭਲਾ ਮੰਗਣਾ ਚਾਹੀਦਾ ਹੈਗਾ। ਸੋ ਅੱਜ ਆਪਾਂ ਗੱਲ ਕਰਦੇ ਹਾਂਗੇ ਜਿਹੜਾ ਚਿਲਡਰਨ ਹੋਸਪਿਟਲ ਦੇ ਲਈ ਚੈਰਿਟੀ ਕਰ ਰਿਹਾ ਹੈਗਾ, ਕਾਲੂ ਰੈੱਡ ਲੀਫ ਦੇ ਵਿੱਚ ਬੈਸਟ ਫਰਮ। ਸੋ ਇਸ ਕੁਆਇਟ ਐਕਚੁਲੀ ਜਿਹੜਾ ਪਾਪੂਲਰ ਹੈਗਾ ਆ ਰੈੱਡ ਲੀਫ ਪਫਾਈ ਬੈਸਟ ਪ੍ਰੋਮਿਸ। ਸੋ ਈ ਖਨ ਖਮ ਉੱਤਰ ਤੁਸੀਂ ਆ ਕੇ ਨਾਲ ਨਾਲ ਤੁਸੀਂ ਮਨੋਰੰਜਨ ਕਰ ਸਕਦੇ, ਅਤੇ ਨਾਲ ਨਾਲ ਤੁਸੀਂ ਫੂਡ ਵੀ ਖਾ ਸਕਦੇ ਹੈਗੇ ਹਾਂ। ਸੋ ਇਸ ਕੁਆਇਟ ਐਕਚੁਲੀ ਗੁੱਡ। ਨਾਲੇ ਕੁਛ ਨਾ ਕੁਛ ਕਹਿੰਦੇ ਕਿ ਪੁੰਨ ਕਰਨਾ ਚਾਹੀਦਾ ਕਿ ਜੇ ਆਪਾਂ ਇਸ ਜ਼ਿੰਦਗੀ ਦੇ ਵਿੱਚ ਆਏ ਹੈਗੇ, ਜੇ ਆਪਾਂ ਨੂੰ ਪਰਮਾਤਮਾ 100 ਦਿੰਦਾ ਹੈਗਾ, ਅਤੇ ਜੇ ਆਪਾਂ 10 ਦਿੰਦੇ ਹੈਗੇ ਹਾਂ ਕਿਸੇ ਨੂੰ, ਤਾਂ ਇਜ਼ ਰੀਅਲੀ ਗੁੱਡ। ਅਤੇ ਵਾਪਸ ਆਪਾਂ ਫਿਰ ਵਾਪਸ ਆ ਚੁੱਕੇ ਹੈਗੇ ਹਾਂ, ਅਤੇ ਆਪਾਂ ਗੱਲ ਕਰ ਰਹੇ ਹੈਗੇ ਚੈਰਿਟੀ ਦੇ ਲਈ, ਚਿਲਡਰਨ ਚੈਰਿਟੀ ਦੇ ਲਈ, ਕਿਉਂਕਿ ਜਿਹੜਾ ਆਪਣਾ ਮੇਨ ਮੁੱਦਾ ਹੈਗਾ ਅੱਜ। ਤੁਸੀਂ ਇਹ ਜਿੱਦਾਂ ਪਹਿਲੀ ਵਾਰ ਕੀਤੀ ਹੈਗੀ ਹੈ ਚੈਰਿਟੀ, ਚੈਰਿਟੀ ਕਿਹੜੀ ਬੱਚਿਆਂ ਦੇ ਲਈ ਕਰ ਰਹੇ? ਨੋਰਮਲੀ ਆਪਾਂ ਚੈਰਿਟੀਆਂ ਕਾਫੀ ਕਰਦੇ ਹੈਗੇ ਜੀ, ਹੈ ਨਾ। ਅਤੇ ਤੁਸੀਂ ਜਿਹੜਾ ਕਹਿੰਦੇ ਨੇ ਕਿ ਜਦੋਂ ਆਪਾਂ ਨੂੰ ਕੋਈ ਦੱਸਦਾ ਹੈਗਾ ਕਿ ਆਪਣੇ ਕੋਲ ਆਹ ਚੀਜ਼ ਆਈ ਹੈਗੀ ਆ, ਐਂਡ ਆਪਾਂ ਨੂੰ ਥਿੰਕ ਵੀ ਕਰਦੇ ਹੈਗੇ ਆਪਾਂ, ਡੂ ਵੀ ਹੈਵ ਟੂ ਡੂ ਓਰ ਨੋਟ, ਯੂ ਹੈਵ ਟੂ ਡੂ ਨੋਟ, ਵਾਈ ਯੂ ਥਿੰਕ ਐਕਚੁਲੀ? ਮੈਂ ਵਾਪਸ ਪੁੱਛ ਰਹੀ ਹਾਂ ਤੁਹਾਨੂੰ, ਵਾਈ ਯੂ ਥਿੰਕ, ਤੁਹਾਨੂੰ ਕੀ ਦਿਲ ਦੇ ਵਿੱਚ ਲੱਗਾ ਕਿ ਯੂ ਹੈਵ ਟੂ ਡੂ ਦਿਸ ਚੈਰਿਟੀ? ਦੇਖੋ, ਜਿਹੜੀ ਵੀ ਚੈਰਿਟੀ ਹੈ ਨਾ, ਇਹ ਮੈਨੂੰ ਪਹਿਲਾਂ ਪਤਾ ਨਹੀਂ ਹੁੰਦਾ ਸੀ ਕਿ ਇਹ ਚੈਰਿਟੀ ਹੁੰਦੀਆਂ ਕੀ ਹੁੰਦੀਆਂ, ਕੀ ਹੈਗੀ ਇਹ, ਕਿਵੇਂ ਹੁੰਦੀਆਂ।
ਅਤੇ ਮੈਂ ਸੋਚਦਾ ਸੀ ਕਿ ਸ਼ਾਇਦ ਸਾਰੇ ਬੰਦੇ ਹੀ ਪੈਸੇ ਜਿਹੜੇ ਆ ਉਹ ਜਿੱਥੇ ਜਿਹੜੀ ਚੈਰਿਟੀ ਦੇਖੀ ਉੱਥੇ ਭੇਜ ਦਿੰਦੇ ਉੱਥੇ ਭੇਜ ਦਿੰਦੇ ਪਰ ਇੱਦਾਂ ਹੁੰਦਾ ਨਹੀਂ ਸੀ ਕਿਉਂਕਿ ਤੁਸੀਂ ਹਰ ਵੇਲੇ ਆਪਣੇ ਐਕਸਪੀਰੀਅੰਸ ਤੋਂ ਸਿੱਖਦੇ ਹੈਗੇ ਕੁਛ ਨਾ ਕੁਛ ਉਹ ਜਦੋਂ ਮੈਂ ਬਹੁਤ ਸਾਰੀਆਂ ਚੈਰਿਟੀਆਂ ਕਰ ਹਟਿਆ ਜਦੋਂ 2001 'ਚ ਸ਼ੁਰੂ ਹੋਇਆ ਸੀ ਉਹ ਤੋਂ ਲੈ ਕੇ 2010-11 ਤੱਕ ਮੈਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਨਹੀਂ ਯਾਰ ਇਹ ਬੰਦੇ ਤਾਂ ਗਪੌੜੀ ਆ ਵੀ ਪੈਸੇ ਤਾਂ ਲੈ ਕੇ ਆਪਣੇ ਜੀਵਨ 'ਚ ਪਾਉਂਦੇ ਆ ਅਤੇ ਬਾਕੀ ਦਿੰਦੇ ਦਿੰਦੇ ਕੁਛ ਨਹੀਂ ਕੀ ਜਾ ਰਹੇ ਕਈਆਂ ਨੇ ਆਪਣਾ ਧੰਦਾ ਬਣਾ ਰੱਖਿਆ ਸੀ ਅਤੇ ਉਹ ਜਦ ਤੱਕ ਤੁਹਾਨੂੰ ਤੁਹਾਡਾ ਮਨ ਨਹੀਂ ਕਹਿੰਦਾ ਕਿ ਇਹ ਬੰਦੇ ਇਹ ਚੈਰਿਟੀ ਜਿਹੜੀ ਆ ਇਹ ਜੈਨੂਨ ਆ ਉਹ ਨਹੀਂ ਕਰਨੀ ਚਾਹੀਦੀ ਮੈਂ ਇਹ ਸਿੱਖਿਆ ਇਹ ਆਪਣੇ ਤਜਰਬੇ ਤੋਂ ਅਤੇ ਹੁਣ ਜਿਵੇਂ ਮੈਂ ਚੈਰਿਟੀ ਹਸਪੀਟਲ ਦੀ ਚੈਰਿਟੀ ਵਾਸਤੇ ਮੈਂ ਪਹਿਲਾਂ ਹੋਰ ਪਹਿਲਾਂ ਵੀ ਬਹੁਤ ਮੈਂ ਚੈਰਿਟੀ ਕੀਤੀਆਂ ਹਾਂ ਵੱਖਰੇ ਵੱਖਰੇ ਕੈਂਸਰ ਰਿਸਰਚ ਹੋਇਆ ਜਾਂ ਕਈ ਆ ਚੈਰਿਟੀ ਬਹੁਤ ਕੀਤੀਆਂ ਮੈਂ ਅਤੇ ਜਿਹੜੇ ਚਿਲਡਰਨ ਹੋਸਪਿਟਲ ਵਾਸਤੇ ਆ ਪਹਿਲਾਂ ਵੀ ਮੈਂ ਕੀਤੀਆਂ ਪਰ ਜਿਹੜੀ ਜੈਨੂਅਨ ਮੈਨੂੰ ਲੱਗੀ ਆ ਉਹ ਜਿਹੜੀ ਆ ਕੱਲ੍ਹ ਅਸੀਂ ਕਰ ਰਹੇ ਹਾਂ ਅਤੇ ਤੁਹਾਡਾ ਗਾਣਾ ਹੈਗਾ ਪੁੱਤ ਸਰਦਾਰਾਂ ਦੇ ਜੀ ਉਹ ਤੁਸੀਂ ਆਪਣੀ ਜਵਾਨੀ ਜੋ ਸੁਣਾਓ ਕਹਿੰਦੇ ਨੇ ਕਿ ਆਪਾਂ ਗਾਣੇ ਸੁਣਦੇ ਹੈਗੇ ਆਪਾਂ ਜਦੋਂ ਸਿੰਗਰ ਕੋਲ ਬੈਠਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਗਵਾਓ ਨਾ ਕਹਿੰਦੇ ਨੇ ਕਿ ਉਹ ਪ੍ਰੋਗਰਾਮ ਪੂਰਾ ਨਹੀਂ ਜਾਂਦਾ ਹੈਗਾ ਪਲੀਜ਼ ਜੀ ਬਿਲਕੁਲ ਸਹੀ ਗੱਲ ਅੱਛਾ ਜੀ ਇਹ ਗੀਤ 93 'ਚ ਗਾਏ ਸੀ ਡੈਥ ਜੈਮ ਐਲਬਮ ਦੇ ਵਿੱਚ ਸੀਗਾ ਬਹੁਤ ਲੋਕਾਂ ਨੇ ਪਸੰਦ ਕੀਤਾ ਬਹੁਤ ਮਾਣ ਕੀਤਾ ਸੀ ਇਹਨੂੰ ਉਹ ਰਸਤੇ ਖੁੱਲ੍ਹੇ ਕਰ ਦਿਓ ਸਾਰੇ ਗਲੀ ਬਾਜ਼ਾਰਾਂ ਦੇ ਗਲੀ ਬਾਜ਼ਾਰਾਂ ਦੇ ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ ਉਹ ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ ਜਾਨ ਤਲੀ ਤੇ ਰੱਖ ਕੇ ਸੂਰੇ ਘੁੰਮਦੇ ਨੇ ਘੁੰਮ ਲਈ ਹੱਸ ਹੱਸ ਕੇ ਫਾਂਸੀ ਚੁੰਮਦੇ ਨੇ ਇਹਨਾਂ ਨੂੰ ਨਾ ਡਰ ਲੱਗਦੇ ਨੰਗੀਆਂ ਤਲਵਾਰਾਂ ਦੇ ਨੰਗੀਆਂ ਤਲਵਾਰਾਂ ਦੇ ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ ਸ਼ੇਰਾਂ ਵਾਂਗੂ ਘੁੰਮਦੇ ਫਿਰਦੇ ਪੁੱਤ ਸਰਦਾਰਾਂ ਦੇ ਵਾਓ ਇਸ ਗਾਣੇ ਦੇ ਵਿੱਚ ਜੇ ਸੋਚਦੇ ਕਿ ਕਾਫੀ ਮੀਨਿੰਗ ਹੈਗਾ ਇਸ ਗੱਲ ਦੇ ਵਿੱਚ ਬਹੁਤ ਵੱਡਾ ਮੀਨਿੰਗ ਹੈ ਸਾਡੇ ਪੰਜਾਬੀ ਜਿਹੜੇ ਆ ਉਹਨਾਂ ਦਾ ਇੱਕ ਵੱਡਾ ਦਲੇਰਪਨ ਜਿਹੜਾ ਆ ਉਹ ਸ਼ੋਅ ਕਰਦਾ ਔਰ ਜਿਹੜੇ ਸਾਡੇ ਪੰਜਾਬੀ ਆ ਬੜੇ ਖੁੱਲ੍ਹ ਦਿਲੇ ਇਨਸਾਨ ਆ ਬੜੇ ਫਰਾਕ ਦਿਲ ਲੋਕ ਆ ਜਿਹੜੇ ਹਰ ਬੰਦੇ ਦੀ ਮਦਦ ਕਰਦੇ ਆ ਪਰ ਮਦਦ ਜੈਨੂਨ ਹੋਵੇ ਅਤੇ ਸੋ ਬਹੁਤ ਪਸੰਦ ਕੀਤਾ ਲੋਕਾਂ ਨੇ ਹਾਂਜੀ ਅਤੇ ਤੁਸੀਂ ਕੋਈ ਗਾਣਾ ਕਿਉਂਕਿ ਲੈਜੈਂਡ 'ਚ ਬੈਠੇ ਹੋਣ ਅਤੇ ਗਾਣਾ ਨਾ ਕੋਈ ਹੋਵੇ ਦੋ ਲੈਜੈਂਡ ਇਕੱਠੇ ਹੋਏ ਹੈਗੇ ਅੱਜ ਸਾਡੇ ਸਟੂਡੀਓ ਦੇ ਵਿੱਚ ਸੋ ਦੋ ਲੈਜੈਂਡਾਂ ਦੇ ਇੱਕ ਲੈਜੈਂਡ ਜੀ ਨੇ ਗਾਣਾ ਸੁਣਾਤਾ ਹੁਣ ਹੈਗੀ ਬਾਰੀ ਤੁਹਾਡੀ ਅਸੀਂ ਮਤਲਬ ਇੰਡੀਆ 'ਚ ਜਿਵੇਂ ਸਫ਼ਰੀ ਦੱਸਿਆ ਨਾ ਵੀ ਇੰਡੀਆ 'ਚ ਕਾਫ਼ੀ ਸੁਣਦੇ ਰਹੇ ਅਸੀਂ ਜ਼ਿਆਦਾਤਰ ਸੁਰਿੰਦਰ ਕੌਰ ਪ੍ਰਕਾਸ਼ ਕਵਾ ਸੁਣਦੇ ਹੁੰਦੇ ਸੀ ਜਮਾਂ ਜੱਟ ਨੂੰ ਸੁਣਦੇ ਹੁੰਦੇ ਸੀ ਨਿੱਕੇ ਹੁੰਦੇ ਅਤੇ ਮੇਲਿਆਂ ਵਿੱਚ ਅਸੀਂ ਮਤਲਬ ਜਿਹੜੇ ਉੱਤੇ ਉੱਪਰ ਮੇਲਾ ਹੁੰਦਾ ਸੀ ਉੱਥੇ ਅਸੀਂ ਜਾਂਦੇ ਬੜੇ ਭਰਾ ਦੇ ਨਾਲ ਅਤੇ ਮਤਲਬ ਅਸੀਂ ਧਾਰਮਿਕ ਗੀਤ ਕਾਫ਼ੀ ਸੁਣਦੇ ਹੁੰਦੇ ਸੀ ਕਿਉਂਕਿ ਆਪਣਾ ਸ਼ਹਿਰ ਲੱਗ ਹੀ ਆ ਉੱਥੋਂ ਸਾਡੇ ਭਰਾ ਨੇ ਕਿੱਸੇ ਲੈ ਕੇ ਆਉਣੇ ਢਾਡੀਆਂ ਦੀ ਮੰਗ ਅਤੇ ਹੋਰ ਕਈ ਧਾਰਮਿਕ ਕਿੱਸੇ ਹੁੰਦੇ ਸੀਗੇ ਉਹ ਕਿੱਸੇ ਹਜੇ ਵੀ ਹੈਗੇ ਆ ਕਿ ਸਾਡੇ ਕੋਲ ਹਾਂਜੀ ਚੱਲਦੇ ਹਲੇ ਵੀ ਜਾਂਦੇ ਹਾਂਜੀ ਤੁਹਾਡੇ ਘਰ ਹੈਗੇ ਘਰ ਹੈਗੇ ਕਿੱਸੇ ਹਾਂਜੀ ਢਾਡੀਆਂ ਦੀ ਮੰਗ ਪਈ ਸਾਨੂੰ ਦੋ ਪਏ ਅਤੇ ਉਹ ਧਾਰਮਿਕ ਉਹਦੇ ਵਿੱਚ ਪ੍ਰਸੰਗ ਆਉਂਦੇ ਸੀਗੇ ਅੱਛਾ ਸਿੱਖਾਂ ਸ਼ਹੀਦਾਂ ਦੇ ਗੁਰੂਆਂ ਗੁਰ ਸਾਹਿਬਾਂ ਦੇ ਅਤੇ ਉਹਦੇ ਵਿੱਚੋਂ ਅਸੀਂ ਮਤਲਬ ਕਾਫ਼ੀ ਗਾਇਆ ਕਰਦੇ ਹੁੰਦੇ ਸੀ ਉੱਥੇ ਗੁਰਦੁਆਰੇ ਵੀ ਅਤੇ ਸੁਰਿੰਦਰ ਕੌਰ ਦਾ ਮੇਰੇ ਗਾਣਾ ਬਹੁਤ ਜ਼ਿਆਦਾ ਪਸੰਦ ਆ ਉਹ ਮੈਂ ਦੋ ਕਲਾਂ ਤੁਹਾਨੂੰ ਸੁਣਾਉਂਦਾ ਚੁੰਮ ਚੁੰਮ ਰੱਖੋ ਨੀਏ ਕਲਗੀ ਜੋ ਯਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੋ ਯਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਕੂਲੇ ਕੂਲੇ ਹੱਥਾਂ ਵਿੱਚ ਕਿਰਪਾਨਾ ਕੋਰੀਆਂ ਕੱਲ ਹੀ ਸਵੇਰ ਦੀਆਂ ਜੋੜੀਆਂ ਮੈਂ ਤੋੜੀਆਂ ਜਿਨ੍ਹਾਂ ਦਾ ਵਿਛੋੜਾ ਮੈਂ ਤਾਂ ਪਲ ਨਾ ਸਹਾਰ ਦੀ ਜਿਨ੍ਹਾਂ ਦਾ ਵਿਛੋੜਾ ਮੈਂ ਤਾਂ ਪਲ ਨਾ ਸਹਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ
ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੇ ਹਾਰ ਦੀ ਚੁੰਮ ਚੁੰਮ ਰੱਖੋ ਨੀਏ। ਵਾਹ ਕਹਿੰਦੇ ਕਿ ਸੁਰਿੰਦਰ ਕੌਰ ਪ੍ਰਕਾਸ਼ ਕੌਰ ਜੀ ਜੀ ਦੇ ਵੀ ਗਾਣੇ ਵੀ ਕਾਫੀ ਪਰਿਵਾਰਿਕ ਸੀਗੇ। ਹਾਂਜੀ ਉਹ ਕਿ ਆਪਾਂ ਫੈਮਿਲੀ ਦੇ ਵਿੱਚ ਕੋਇਲ ਨੂੰ ਮੰਨਿਆ ਜਾਂਦਾ ਸੀ। ਹਾਂਜੀ ਕੋਇਲ ਮੰਨਿਆ ਜਾਂਦਾ ਸੀਗਾ। ਹਾਂਜੀ ਤੇ ਤੁਸੀਂ ਲਿਖਦੇ ਵੀ ਹੈਗੇ ਆ ਕਿ ਇਕੱਲੇ ਗਾਉਂਦੇ ਹੈਗੇ ਆ? ਨਹੀਂ ਜੀ ਮੈਂ ਲਿਖਦਾ ਨਹੀਂ ਨਾ, ਪਰ ਜਿੰਨੇ ਵੀ ਮੇਰੇ ਗੀਤ ਮੈਂ ਤਕਰੀਬਨ ਗਾਏ ਆ 75% ਜਿਹੜੇ ਗੀਤ ਆ ਉਹ ਮੈਂ ਆਡੀਓ ਦੇ ਕੇ ਮੈਂ ਇੱਕ ਦੋ ਲਾਈਨਾਂ ਪਹਿਲਾਂ ਦੱਸਣੀਆਂ, ਫਿਰ ਉਸ ਜੇ ਉਸ ਗੀਤ 'ਤੇ ਉਸ ਲਾਈਨਾਂ 'ਤੇ ਮੈਨੂੰ ਗੀਤ ਮਿਲ ਜਾਵੇ ਤਾਂ ਉਹ ਬਹੁਤ ਕਬੂਲ ਹੋਏ ਗੀਤ ਮੇਰੇ, ਬਹੁਤ ਮਕਬੂਲ ਹੋਏ। ਅਤੇ ਤੁਸੀਂ ਇਕੱਲਾ ਗਾਉਂਦੇ ਹੈਗੇ ਆ, ਲਿਖਦੇ ਨਹੀਂ, ਕੰਪੋਜ਼ ਚੱਲਦੇ ਹੈਗੇ ਸੁਣਦੇ ਹੈਗੇ ਜੀ ਬਲਵਿੰਦਰ ਸਫਰ ਜੀ ਦਾ ਸੌਂਗ, ਤਾਂ ਹੋਪ ਤੁਸੀਂ ਇਸ ਸੌਂਗ ਨੂੰ ਜ਼ਰੂਰ ਪਸੰਦ ਕਰੋਗੇ। ਮਿਲਦੇ ਹੈਗੇ ਇਸ ਸੌਂਗ ਦੇ ਬਾਅਦ ਚੋਂ। ਕੁਝ ਨਹੀਂ ਬੰਦਿਆ ਤੇਰਾ, ਇਹ ਦੁਨੀਆ ਰਹਿਣ ਬਸੇਰਾ, ਇੱਥੇ ਕੁਝ ਨਹੀਂ ਬੰਦਿਆ ਤੇਰਾ। ਕਦ ਮਿਲਣੇ ਮੋਢੇ ਚਾਰ ਕਿਸੇ ਨੂੰ ਪਤਾ ਨਹੀਂ, ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ। ਇਹ ਮਹਿਲ ਮੁਨਾਰੇ ਸਾਰੇ ਇੱਥੇ ਰਹਿ ਜਾਣੇ, ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ। ਚੁਗਦਾ ਪੇਟ ਆਪਣਾ ਭਰਦਾ ਏ, ਪਰ ਹਰ ਖੜਾਕ ਤੋਂ ਦੁਬਕ ਦੁਬਕ ਕੇ ਡਰਦਾ ਏ। ਕਦ ਜਾਊ ਉਡਾਰੀ ਮਾਰ ਕਿਸੇ ਨੂੰ ਪਤਾ ਨਹੀਂ, ਕਿਸੇ ਨੂੰ ਪਤਾ ਨਹੀਂ। ਦੇ ਵਿੱਚ ਸੜ ਕੇ ਸ਼ੀਸ਼ਾ ਟੁੱਟ ਕੇ ਜੁੜਦਾ ਨਹੀਂ, ਕਿਸੇ ਨੂੰ ਪਤਾ ਨਹੀਂ। ਹਾਂਜੀ ਤੇ ਹੋਪ ਤੁਸੀਂ ਇਸ ਸੌਂਗ ਨੂੰ ਪਸੰਦ ਕਰਦੇ ਹੋ, ਕਿਉਂਕਿ ਇਸ ਸੌਂਗ ਦੇ ਵਿੱਚ ਵੀ ਕਾਫੀ ਮੀਨਿੰਗ ਹੈ ਕਿ ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ। ਕਹਿੰਦੇ ਨੇ ਕਿ
ਕਿਸੇ ਨੂੰ ਇੱਕ ਪਲ ਦਾ ਨਹੀਂ ਪਤਾ ਹੈਗਾ, ਇੱਕ ਸੈਕਿੰਡ ਦਾ ਨਹੀਂ ਪਤਾ ਕਿ ਕਦੋਂ ਕਿਸੇ ਨੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ। ਕਿਉਂਕਿ ਜੇ ਮੈਂ ਅੱਜ ਤੁਹਾਨੂੰ ਇੱਕ ਏਸੀ ਸੌਂਗ ਦੇ ਉੱਤੇ ਗੱਲ ਦੱਸਦੀ, ਕਿਉਂਕਿ ਅੱਜ ਸਵੈਨ ਸਮ ਵਾਈ ਆਰਟ ਯੈਸਟਰਡੇ ਮੇਰੇ ਸਾਹਮਣੇ ਜਿਹੜੀ ਸੀਗੀ ਕੋਈ ਗਰਲਸ, ਸ਼ੀ ਟੋਕ ਇਨ ਰੀਅਲੀ ਨਾਈਸਲੀ ਵਿਦ ਅਦਰ ਵਨ, ਮੇਰੇ ਅੱਖਾਂ ਦੇ ਸਾਹਮਣੇ ਉਹਨੂੰ ਹਾਰਟ ਅਟੈਕ ਹੋ ਗਿਆ। ਆਈ ਥਿੰਕ ਸ਼ੀ ਇਜ਼ ਡਾਈ ਦੈਟ ਟਾਈਮ। ਹਾਂ ਨਹੀਂ ਨਹੀਂ ਬਿਲਕੁਲ ਕੁਛ ਨਹੀਂ ਪਤਾ ਜੀ, ਕੱਲ ਦੇ ਸੈਕਿੰਡ ਬਾਰੇ ਕਿਸੇ। ਹਾਂਜੀ, ਕਿਸੇ ਨੂੰ ਨਹੀਂ ਪਤਾ ਕਿ ਕਦੋਂ ਕਿਸੇ ਦੀ ਜਾਨ ਨਿਕਲਣੀ, ਕਦੋਂ ਤੁਸੀਂ ਘਰੋਂ ਗਏ, ਵਾਪਸ ਨਹੀਂ ਆਉਣਾ। ਸੋ ਕਹਿੰਦੇ ਨੇ ਕਿ ਇਸ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਪਹਿਲਾਂ ਜੇ ਤੁਸੀਂ ਕੁਛ ਕਰਕੇ ਜਾਂਦੇ ਹੈਗੇ ਆ, ਦੈਟਸ ਦਾ ਮੇਨ ਥਿੰਗਸ, ਹੈ ਨਾ। ਹਾਂਜੀ, ਉਹ ਬੜੇ ਭਾਈ ਵੀ ਦਲਵੀਰ ਸਿੰਘ ਦੀ ਗੱਲ ਕਰੀਏ ਤਾਂ ਕੰਮ ਤੇ ਗਿਆ ਸੀ, ਖੜੇ ਖੜੇ ਨੂੰ ਹਾਰਟ ਅਟੈਕ ਹੋ ਗਿਆ। ਹਾਂਜੀ, ਪਤਾ ਨਹੀਂ ਲੱਗਦਾ ਕਿ ਕਦੋਂ, 5 ਮਿੰਟਾਂ 'ਚ, ਹੈ ਨਾ, 5 ਮਿੰਟਾਂ 'ਚ ਕੀ। ਜਿੱਦਾਂ ਮੈਂ ਦੱਸਿਆ ਕਿ ਕੱਲ੍ਹ ਮੇਰੇ ਅੱਖਾਂ ਦੇ ਸਾਹਮਣੇ ਹੀ ਇੰਨਾ ਤੜਫ ਰਹੀ ਸੀਗੀ, ਇੰਨਾ ਤੜਫ ਰਹੀ, 1 ਮਿੰਟ ਦੇ ਮੇਰੇ ਕਿਹਾ ਸ਼ੀ ਜਸ ਆਊਟ। ਨਹੀਂ, ਗਾਣਾ ਬਹੁਤ ਵਧੀਆ ਹੈ, ਸਫਰੀ ਦਾ ਬਹੁਤ। ਗਾਣੇ ਦੇ ਵਿੱਚ ਮੀਨਿੰਗ ਵੀ ਹੈਗੀ ਆ ਕਿ ਕੁਛ ਕਰਨਾ ਹੈਗਾ ਹੁਣ ਕਰੋ। ਜਿਹੜੀ ਵੀਡੀਓ ਵੀ ਬੜੀ ਅੱਛੀ ਹੈਗੀ ਆ ਕਿ ਜੇ ਆਪਣਾ ਮਾਂ ਬਾਪ ਦੀ ਤੁਸੀਂ ਸੇਵਾ ਹੁਣ ਕਰ ਸਕਦੇ ਹੈਗੇ ਆ ਤੇ ਕਰੋ, ਬਾਅਦ ਚੋਂ ਕੋਈ ਫਾਇਦਾ ਨਹੀਂ ਹੈਗਾ। ਜੇ ਕਿਸੇ ਲਈ ਕੁਛ ਕਰ ਸਕਦੇ ਹੋ ਤੇ ਕਰੋ। ਜਦੋਂ ਇਦਾਂ ਮੀਨਿੰਗਫੁਲ ਗਾਣੇ ਆਉਂਦੇ ਆ ਨਾ ਮਾਰਕੀਟ ਵਿੱਚ, ਹਾਂਜੀ, ਉਹ ਫਿਰ ਥੋੜੇ ਚੰਗੇ ਲੱਗਦੇ ਆ, ਚੰਗੇ ਲੱਗਦੇ, ਹੈ ਨਾ। ਕਿਉਂਕਿ ਅੱਜ ਕੱਲ ਦੇ ਮੌਕੇ ਦੇ ਵਿੱਚ ਵੀ ਨੀ ਸਮਥਿੰਗ ਲਾਈਕ ਦਿਸ, ਹੈ ਨਾ। ਹਾਂਜੀ ਹਾਂਜੀ, ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਹੈਗਾ, ਕਾਫੀ ਜਿਹੜੀ ਜਨਰੇਸ਼ਨ ਹੈਗੀ ਇਜ਼ ਗੋਇੰਗ ਅਦਰਵਾਈਜ਼ ਐਜ਼ ਵੈਲ। ਯਾ ਜਿਹੜਾ ਟਾਈਮ ਚੱਲ ਰਿਹਾ ਉਹ ਆਪਣੇ ਆਪ ਵਾਸਤੇ ਕਰਨ ਲਈ ਆ। ਹਾਂਜੀ, ਆਪਣੇ ਆਪ ਵਾਸਤੇ ਕਰ ਲਓ, ਜੋ ਕਰਨਾ ਕਰ ਲਾ, ਪੈਸੇ ਇਕੱਠੇ ਕਰ ਲਓ। ਹਾਂਜੀ, ਪਰ ਇਹ ਹੈ ਕਿ ਤੁਸੀਂ ਜੇ ਕਿਸੇ ਦੇ ਲਈ ਵੀ ਕੁਝ ਕਰਦੇ ਹੈਗੇ, ਦੈਟਸ ਦਾ ਮੇਨ ਥਿੰਗਸ। ਹੁਣ ਆਪਾਂ ਗੱਲ ਕਰਦੇ ਕਿ ਜਿਹੜਾ ਆਪਣਾ ਮਿਊਜ਼ਿਕ ਹੈਗਾ ਆ, ਇੱਥੇ ਦਾ ਮਿਊਜ਼ਿਕ, ਤੇ ਮੈਂ ਹਮੇਸ਼ਾ ਆਪਣੇ ਸਿੰਗਰਾਂ ਨੂੰ ਪੁੱਛਦੀ ਹਾਂ, ਤੁਹਾਨੂੰ ਕੀ ਡਿਫਰੈਂਟ ਲੱਗਦਾ ਹੈਗਾ, ਕਿ ਇਹਦੇ ਵਿੱਚ ਕੁਛ ਕੋਈ ਡਿਫਰੈਂਸ ਹੈਗੀ ਆ ਜਾਂ ਸੇਮ ਹੀ ਮਿਊਜ਼ਿਕ ਹੈਗਾ ਪੰਜਾਬ ਦਾ ਅਤੇ ਆਪਣਾ ਮਿਊਜ਼ਿਕ? ਨਹੀਂ ਜੀ, ਸਾਡੇ ਮਿਊਜ਼ਿਕ ਜਿਹੜਾ ਇੰਗਲੈਂਡ ਦਾ ਮਿਊਜ਼ਿਕ ਆ ਉਹ ਡਿਫਰੈਂਟ ਹੈ। ਜਿਹੜਾ ਇੰਡੀਆ ਦਾ ਤੋਂ ਆ ਰਿਹਾ ਮਿਊਜ਼ਿਕ ਉਹ ਥੋੜ੍ਹਾ ਡਿਫਰੈਂਟ ਆ। ਅਤੇ ਗਾਣੇ ਦੇ ਬਾਰੇ ਆਪਾਂ ਕਹਿ ਰਹੇ ਕਿ ਆਪਾਂ ਮਿਊਜ਼ਿਕ ਲਈ ਕਹਿੰਦੇ ਹੈਗੇ, ਗਾਣਾ ਜਿਹੜੇ ਗਾਣੇ ਵੀ ਲਿਰਿਕਸ ਜਿਹੜੇ ਗਾਣੇ ਦੇ ਹੈਗੇ ਨਾ, ਉਹ ਕੁਛ ਗੀਤਾਂ ਦੇ ਬਹੁਤ ਵਧੀਆ, ਅਤੇ ਜਿਹੜੇ ਕੁਛ ਗੀਤ ਆ ਉਹਨਾਂ ਦੇ ਥੋੜ੍ਹੇ ਚਲਵੇਂ ਜਾਂ ਲਫਜ਼ ਹੈਗੇ ਜਿਹਨਾਂ ਦਾ ਕੋਈ ਜਿਹੜਾ ਮੀਨਿੰਗ ਨਹੀਂ ਕੱਢਿਆ ਜਾ ਸਕਦਾ। ਕਿਉਂ ਜੀ ਬਲਵੀਰ ਜੀ? ਸਹੀ ਗੱਲ, ਜਿਹੜੇ ਹੁਣ ਅਸੀਂ ਜਿੱਥੋਂ ਸ਼ੁਰੂਆਤ ਕੀਤੀ ਸੀ ਭੰਗੜੇ ਤੋਂ, ਅਤੇ ਜਿਹੜੀ ਖੁਸ਼ੀ ਅਸੀਂ ਵੰਡ ਸਾਹਿਬ ਗੀਤਾਂ ਰਾਹੀਂ ਅਸੀਂ ਖੁਸ਼ੀ ਵੰਡਦੇ ਹਾਂ, ਅਤੇ ਲੋਕ ਸੁਣਦੇ ਆ ਗੀਤਾਂ, ਨੱਚਦੇ ਟੱਪਦੇ ਆ, ਅਤੇ ਪਰੇਸ਼ਾਨੀਆਂ ਵੀ ਦੂਰ ਹੁੰਦੀਆਂ, ਅਤੇ ਹੁਣ ਇਹੋ ਜਿਹਾ ਗੀਤ ਜਿਹੜਾ ਹੁਣ ਜਾਂਦਾ ਪਰੇਸ਼ਾਨੀਆਂ ਵਧਣ ਸਮਾਜ ਵਿੱਚ, ਉਹ ਤਾਂ ਫਿਰ ਨਹੀਂ ਚਾਹੀਦਾ। ਹਾਂ, ਕਿਉਂਕਿ ਜਿਹੜਾ ਸਾਡਾ ਭੰਗੜਾ ਮਿਊਜ਼ਿਕ ਸੀਗਾ ਉਹਦਾ ਮਤਲਬ ਇਹ ਸੀਗਾ ਕਿ 5 ਦਿਨ ਜਾਂ 4 ਦਿਨ ਤੁਸੀਂ ਕੰਮ ਕਰਦੇ ਹੋ, ਹੱਡ ਤੋੜ ਵੀ ਮਿਹਨਤ ਕਰਦੇ ਹੋ ਤੁਸੀਂ, ਅਤੇ ਤੁਹਾਡੇ ਕੋਲ ਸੈਟਰਡੇ ਜਾਂ ਸੰਡੇ ਹੁੰਦਾ ਤੁਹਾਨੂੰ ਆਪਣੇ ਆਪ ਨੂੰ ਇੰਜੋਏ ਕਰਨ ਲਈ। ਉਹ ਜੇ ਤੁਸੀਂ ਕਿਸੇ ਪਾਰਟੀ ਜਾਂ ਵਿਆਹ ਸ਼ਾਦੀਆਂ 'ਤੇ ਜਾਂਦੇ ਹੋ, ਤੁਸੀਂ ਆਪਣੀ ਸਟ੍ਰੈਸ ਨੂੰ, ਆਪਣੀ ਜਿਹੜੀ ਤੁਹਾਡੀ ਹੈ ਪਰੇਸ਼ਾਨੀ ਆ, ਉਹਨੂੰ ਥੋੜ੍ਹਾ ਖੁਸ਼ੀ ਦੇ ਮਾਹੌਲ ਦੇ ਵਿੱਚ ਲਿਆ ਕੇ ਤੁਸੀਂ ਉਹਨੂੰ ਦੂਰ ਕਰ ਸਕੋ, ਇਹ ਬੇਸ ਸੀਗਾ। ਅਤੇ ਬਾਕੀ ਜਿਹੜਾ ਕੁਛ ਗੀਤ ਜਿਹੜੇ ਇੰਡੀਆ ਤੋਂ ਆ ਰਹੇ ਆ ਉਹ ਪਰੇਸ਼ਾਨੀ ਨੂੰ ਵਧਾਉਂਦੇ ਆ, ਘਟਾਉਂਦੇ ਨਹੀਂ। ਸਹੀ ਗੱਲ ਹੈ, ਹੁਣ ਕਈ ਜਗ੍ਹਾ ਹਾਦਸੇ ਵੀ ਹੋਏ ਆ, ਉਹ ਕਹਿੰਦੇ ਵੀ ਗੀਤਾਂ ਕਰਕੇ ਹੋਏ ਆ, ਜਿਹੜੇ ਇੰਡੀਆ 'ਚ ਰੌਲਾ ਵੀ ਪਿਆ ਸੀਗਾ। ਹਾਂ, ਜਿਹੜੇ ਅਸਲੇ ਨੂੰ ਪ੍ਰਮੋਟ ਕਰਦੇ ਆ, ਜਿਹੜੇ ਬੰਦੂਕਾਂ, ਹਾਂਜੀ, ਗੰਡਾਸੇ, ਕਿਉਂਕਿ ਜੇ ਅੱਜ ਕੱਲ੍ਹ ਦੀ ਆਪਾਂ ਜਨਰੇਸ਼ਨ ਨੂੰ ਆਪਣੀ ਹੁੰਦੀ ਬੱਚਿਆਂ ਨੂੰ ਬਚਾਉਣਾ ਚਾਹੁੰਦੇ ਹੈਗੇ ਆ, ਹਾਂ, ਸੋ ਵੀ ਹੈਵ ਟੂ ਗਿਵ ਦਮ ਸੱਭਿਆਚਾਰ, ਗਿਵ ਅ ਗੁੱਡ ਮੈਸੇਜ ਟੂ ਦ ਕਿਡਸ, ਯੈ ਨੋ ਲਾਈਕ। ਤੁਸੀਂ ਹੁਣ ਕੋਈ ਵੀ ਭੰਗੜਾ ਇੰਗਲੈਂਡ ਦੇ ਕਿਸੇ ਵੀ ਗਰੁੱਪ ਦਾ ਤੁਸੀਂ ਐਲਪੀ ਚੱਕ ਕੇ ਦੇਖ ਲਓ, ਰਿਕਾਰਡ ਚੱਕ ਕੇ ਦੇਖ ਲਓ, ਉਹਦੇ ਤੁਹਾਨੂੰ ਨੱਚਣ ਟੱਪਣ ਦਾ ਖੁਸ਼ ਦੇ ਮਾਹੌਲ ਪੈਦਾ ਕਰਨ ਵਾਲੇ ਤੁਹਾਨੂੰ ਗੀਤ ਨਜ਼ਰ ਆਉਣਗੇ। ਕਿਸੇ ਗੀਤ ਵਿੱਚ ਵੀ ਤੁਸੀਂ ਇਹ ਨਹੀਂ ਦੇਖੋਗੇ ਕਿ ਵੀ ਉਹਨੂੰ ਮਾਰਤਾ ਤਾਂ ਉਹ ਵੱਢ ਦਿੱਤਾ ਤਾਂ ਗੋਲੀ ਚਲਾ ਕੇ ਜਾਂ ਗੋਲੀ ਖਾ ਲਈਆਂ। ਇਸ ਵੇਲੇ ਹੁਣ ਨਸ਼ਾ ਜਿਹੜਾ ਇੰਡੀਆ ਦੇ ਵਿੱਚ ਸਾਡੇ ਜਿਹੜੀ ਯੰਗ ਜਨਰੇਸ਼ਨ ਉਹ ਤੇ ਹਾਵੀ ਹੋਇਆ, ਹਾਵੀ ਹੋਇਆ ਪਿਆ, ਉਹ ਚਿੱਟਾ ਉਹਨੂੰ ਕਹਿੰਦੇ ਆ, ਜਾਂ ਕਈ ਇੰਜੈਕਸ਼ਨ ਵੀ ਲਾਉਂਦੇ ਆ, ਉਹ ਮਤਲਬ ਇਸ ਵੇਲੇ ਜਵਾਨੀ ਜਿਹੜੀ ਹੈ ਸਾਡੀ ਪੰਜਾਬ ਦੀ ਉਹਨੂੰ ਘੁਣ ਵਾਂਗੂ ਖਾ ਰਿਹਾ। ਯੰਗ ਮੁੰਡੇ 18-19-20 ਸਾਲ ਜਿਹੜੇ ਉਹ ਮਰ ਰਹੇ ਆ, ਹਰ ਰੋਜ਼ 10-10 ਮੁੰਡੇ ਮਰ ਰਹੇ ਆ, ਨਿਊਜ਼ ਕਾਫੀ ਪੜ੍ਹਦੇ ਹੈਗੇ। ਹਾਂ, ਉਹਨਾਂ ਦੇ ਜਿਹੜੇ ਮਾਪੇ ਉਹ ਸਫ਼ਰ ਕਰ ਰਹੇ ਆ, ਕਿਉਂਕਿ ਉਹ ਜਿਹੜਾ ਬੁੱਢੇ ਮਾਪਿਆਂ ਦੇ ਜਿਹੜੇ ਬੱਚੇ ਸਹਾਰਾ ਬਣਨੇ ਸੀ ਉਹ ਤਾਂ ਖਤਮ ਹੋ ਗਏ। ਸੋ ਉਹਨਾਂ ਨੂੰ ਠੱਲ ਪਾਉਣ ਵਾਸਤੇ ਥੋੜ੍ਹਾ ਸੋਚੋ, ਜਿਹੜੇ ਸਾਡੇ ਗਾਇਕ ਆ ਉਹ ਵੀ ਸੋਚਣ ਕਿ ਅਸੀਂ ਗਾਣੇ ਕਿਹੋ ਜਿਹੇ ਗਾਉਣੇ। ਨਹੀਂ, ਮੈਨੂੰ ਇਹ ਸਮਝ ਲੱਗੀ ਸਫਰੀ ਸਾਹਿਬ ਵੀ ਆਪਣੇ ਇੰਡੀਆ ਵਿੱਚ ਇੰਨੇ ਗੁਰਦੁਆਰੇ ਆ,
ਹਰੇਕ ਪਿੰਡ ਵਿੱਚ ਗੁਰਦੁਆਰਾ ਜੀ ਜੀ ਦੋ ਤਿੰਨ ਦਿਨ ਹੈ ਦੋ ਤਿੰਨ ਹਰੇਕ ਜਗ੍ਹਾ 'ਤੇ ਤੁਸੀਂ ਭੀੜ ਦਰਬਾਰ ਜਾਂ ਜਗ੍ਹਾ ਹੈਗੀ ਹਰੇਕ ਸ਼ਹਿਰ ਵਿੱਚ ਮੰਦਰ ਆ ਇੰਨਾ ਧਾਰਮਿਕ ਮਾਹੌਲ ਹੋਣ ਦੇ ਬਾਵਜੂਦ ਅਤੇ ਉਹ ਇੱਦਾਂ ਮਤਲਬ ਇਸ ਪਾਸੇ ਨੂੰ ਜਾ ਰਹੇ ਇਸ ਚੀਜ਼ ਸਮਝ ਨਹੀਂ ਲੱਗੀ ਕਿ ਉਹ ਪ੍ਰਚਾਰਕ ਜਿਹੜੇ ਆ ਉਸ ਜਨਰੇਸ਼ਨ ਨੂੰ ਉਹਨਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਜਾਂ ਕੀ ਮਤਲਬ ਹੈ ਹਨਾ ਦੇਖੋ ਜੀ ਇਹ ਹੁਣ ਆਪਾਂ ਨੂੰ ਉੱਥੋਂ ਆਇਆਂ ਨੂੰ ਕਿੰਨੇ ਸਾਲ ਹੋ ਗਏ ਹਾਂਜੀ ਹਾਂਜੀ ਮੈਨੂੰ 35 ਸਾਲ ਹੋ ਗਿਆ ਠੀਕ ਹੈ ਹੋਰ ਜਦੋਂ ਮੈਂ ਆਇਆ ਸੀਗਾ ਉਦੋਂ ਟਾਈਮ ਹੋਰ ਸੀਗਾ ਉਦੋਂ ਕਬੱਡੀ ਖੇਡਦੇ ਹੁੰਦੇ ਸੀ ਮੁੰਡੇ ਜਾਂ ਕਰੀ ਕੋ ਵਾਹਣ ਵਗਿਆ ਹੋਣਾ ਅਤੇ ਹੁਣ ਉੱਥੇ ਮੇਰਾ ਤਾਂ ਖਿਆਲ ਹੈ ਕਿ ਜਿਹੜੀ ਉੱਥੇ ਬੇਰੁਜ਼ਗਾਰੀ ਆ ਜਾਂ ਜਿਹੜੀ ਜਿਹੜੇ ਯੰਗ ਬੱਚੇ ਆ ਉਹ ਹੋਰ ਡਾਇਰੈਕਸ਼ਨ ਨੂੰ ਜਾ ਰਹੇ ਆ ਸੋਸ਼ਲ ਮੀਡੀਆ ਨੇ ਜਾਂ ਕੁਛ ਹੋਰ ਕਈ ਚੀਜ਼ਾਂ ਹੈਗੀਆਂ ਜਿਨ੍ਹਾਂ ਨੇ ਉਹਨਾਂ ਨੂੰ ਗੁੰਮਰਾਹ ਕੀਤਾ ਹੋਇਆ ਇਸ ਕਰਕੇ ਉਹ ਸਾਰੇ ਜਿੰਨੇ ਬੱਚੇ ਉਹ ਗਲਤ ਪਾਸੇ ਜਾ ਰਹੇ ਆ ਇੱਕ ਪਤਾ ਕੀ ਹੁੰਦਾ ਹੈਗਾ ਕਿ ਜੋ ਆਪਾਂ ਇੰਡਸਟਰੀ ਵਿੱਚ ਲੈ ਕੇ ਆਉਂਦੇ ਹੈਗੇ ਆ ਦੇ ਫੋਲੋ ਜੇ ਆਪਾਂ ਹੁਣ ਪੰਜਾਬ ਦੇ ਮਿਊਜ਼ਿਕ ਦੀ ਗੱਲ ਕਰੀਏ ਜੋ ਗਾਣਿਆਂ ਦੇ ਵਿੱਚ ਵਰਤਣਾ ਹੈਗਾ ਜੋ ਆਪਾਂ ਸੁਣਨਾ ਹੈਗਾ ਵੀਡੀਓ ਦੇ ਵਿੱਚ ਦੇਖਣਾ ਦੇ ਫੋਲੋ ਉਹੀ ਚੀਜ਼ ਨੂੰ ਫੋਲੋ ਕਰਦੇ ਹੈਗੇ ਬੱਚੇ ਸੋ ਆਈ ਥਿੰਕ ਦੈਟਸ ਦਾ ਮੇਨ ਥਿੰਗਸ ਕਿ ਜਿਹੜੇ ਬੱਚੇ ਹੈਗੇ ਡਰੱਗ ਵੱਲ ਨੂੰ ਜਾਂਦੇ ਹੈਗੇ ਆ ਜਾਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵੀ ਕਾਫੀ ਵਧੀ ਹੋਈ ਹੈਗੀ ਆ ਕੰਮ ਕਰ ਰਹੇ ਨੇ ਸਾਡੇ ਸਾਡੇ ਗੈਂਗਸਟਰ ਨੇ ਬਹੁਤ ਹਾਂਜੀ ਅਨਿਤ ਨਿਊਜ਼ 'ਚ ਦੇਖੀਦਾ ਕਦੇ ਕੋਈ ਗੈਂਗਸਟਰ ਕਦੇ ਕੋਈ ਗੈਂਗਸਟਰ ਇਹ ਸਾਰੇ ਸਾਡੇ ਗੀਤਾਂ ਨਹੀਂ ਦੇਣ ਗੀਤਾਂ ਦੇਣ ਹੈਗੀਆਂ ਨਹੀਂ ਜਿਹੜੇ ਕਲਾਕਾਰ ਮਾਰਕੀਟ ਵਿੱਚ ਚੱਲ ਰਹੇ ਆ ਨਾ ਅਤੇ ਜਿਹੋ ਜਿਹਾ ਉਹ ਮਾਹੌਲ ਪੇਸ਼ ਕਰਦੇ ਆ ਜਿਹੜੇ ਬੱਚੇ ਆ ਉਹ ਚੀਜ਼ ਨੂੰ ਫੋਲੋ ਕਰਦੇ ਉਹ ਚੀਜ਼ ਨੂੰ ਤਾਂ ਮੈਂ ਆਪਣੀ ਮਿਸਾਲ ਦਿੰਦਾ ਹੁਣ ਗੁਰਦਾਸਮਾਨ ਦਾ ਗਾਣਾ ਸੀਗਾ ਆਪਣਾ ਪੰਜਾਬ ਹੋਵੇ ਹੈ ਅਤੇ ਮਤਲਬ ਬਾਣ ਵਾਲਾ ਮੰਜਾ ਹੋਵੇ ਅਤੇ ਮੇਰੇ ਬੱਚਿਆਂ ਨੇ ਮੈਨੂੰ ਮੰਜਾ ਲਿਆ ਕੇ ਦਿੱਤਾ ਹੈਂਜੀ ਉਹ ਉਸ ਕਲਚਰ ਨੂੰ ਫੋਲੋ ਕਰਦੇ ਆ ਮੰਜਾ ਲਿਆ ਕੇ ਦਿੱਤਾ ਫਿਰ ਰਿਪ੍ਰੈਜੈਂਟ ਤੌਰ 'ਤੇ ਫਾਦਰ ਡੇ 'ਤੇ ਅਤੇ ਉਹ ਚੀਜ਼ ਨੂੰ ਮਤਲਬ ਜਿਹੋ ਜਿਹਾ ਆਰਟਿਸਟ ਜਾਂ ਕਲਾਕਾਰ ਆ ਅੱਗੇ ਫਿਲਮਾਂ ਬਣਦੀਆਂ ਹੁੰਦੀਆਂ ਸੀ ਅਸੀਂ ਫਿਲਮਾਂ ਨੂੰ ਫੋਲੋ ਕਰਦੇ ਹੁੰਦੇ ਸੀਗੇ ਅਤੇ ਮਤਲਬ ਉਹ ਕਲਾਕਾਰ ਨੂੰ ਚਾਹੀਦਾ ਕਿ ਇਸ ਚੀਜ਼ ਨੂੰ ਆਪਣੇ ਮੁੱਖ ਰੱਖ ਕੇ ਅਤੇ ਇਹ ਚੀਜ਼ ਰੱਖੇ ਵੀ ਬਾਕੀ ਤੁਹਾਡੀ ਸਾਡੀ ਕਾਪੀ ਨਾ ਕਰਨ ਕੋਈ ਐਸੀ ਚੀਜ਼ ਅਸੀਂ ਪੇਸ਼ ਕਰੀਏ ਜਿੰਨਾ ਵਾਹ ਮਸਾਲ ਹੁਣ ਸੂਰਮੇ ਸਾਡੀਆਂ ਧਾਰਮਿਕ ਇੰਨੇ ਗੀਤ ਬਣੇ ਆ ਅਤੇ ਉਹ ਮਤਲਬ ਲੋਕ ਸੁਣਦੇ ਆ ਦੁਖੀਆਂ ਦੀ ਪੁਕਾਰ ਗੁਰੂ ਨਾਨਕ ਦੇਵ ਆ ਜਾਮੀ ਦੁਖੀਆਂ ਦੀ ਪੁਕਾਰ 7 LP ਅਸੀਂ 70 ਗਾਣੇ ਧਾਰਮਿਕ ਭਰੇ ਆ ਔਰ ਉਹ ਜਿਹੜੇ ਰਿਕਾਰਡ ਘਰਾਂ 'ਚ ਵੱਜਦੇ ਆ ਉਸ ਵੇਲੇ ਜਦੋਂ ਅਸੀਂ ਭਰੇ ਸੀਗੇ ਤਾਂ ਲੋਕ ਉਹ ਗੀਤਾਂ ਨੂੰ ਬਹੁਤ ਸੁਣਦੇ ਸੀਗੇ ਧਾਰਮਿਕ ਗੀਤਾਂ ਨੂੰ ਪਰ ਜੇ ਆਪਾਂ ਹੁਣ ਸਿੰਗਰਾਂ ਦੀ ਗੱਲ ਕਰਦੇ ਹੈਗੇ ਹਾਂ ਮੇਰੇ ਦਿਮਾਗ 'ਚ ਇੱਦਾਂ ਵੀ ਹੁੰਦਾ ਕਿ ਜਿਹੜੇ ਰਾਈਟਰ ਹੈਗੇ ਆ ਇਹ ਸਭ ਤੋਂ ਪਹਿਲਾਂ ਜਦੋਂ ਗਾਣਾ ਨਿਕਲਦਾ ਹੈਗਾ ਰਾਈਟਰ ਦੀ ਕਲਮ ਦੇ ਵਿੱਚੋਂ ਨਿਕਲਦਾ ਹੈਗਾ ਹਾਂਜੀ ਰਾਈਟਰ ਨੂੰ ਚਾਹੀਦਾ ਹੈਗਾ ਪਹਿਲੀ ਗੱਲ ਕਿ ਤੁਸੀਂ ਜਿਹੜੀ ਕਲਮ ਹੈਗੀ ਆ ਤੁਸੀਂ ਸੱਚੀ ਸੁੱਚੀ ਰੱਖੋ ਨਾ ਕਿ ਤੁਸੀਂ ਹੈ ਨਾ ਇਹ ਵੀ ਮੇਨ ਥਿੰਗਸ ਹੈਗੀ ਆ ਬਿਲਕੁਲ ਇਹ ਵੀ ਗੱਲ ਹੈ ਨਹੀਂ ਰਾਈਟਰ ਦਾ ਵੀ ਫਰਜ਼ ਬਣਦਾ ਹੈ ਨਾ ਹੁਣ ਜਿਹੜਾ ਮਾਹੌਲ ਹੁਣ ਇਸ ਵੇਲੇ ਪੰਜਾਬ 'ਚ ਬਣਿਆ ਨਾ ਇਹ ਹੁਣ 30 ਜਿਹੜਾ ਨਾ ਕਮਾਨ ਵਿੱਚ ਚੱਲ ਚੁੱਕਾ ਹੁਣ ਜਿਹੜੇ ਕਹਿ ਰਹੇ ਜੀ ਹੁਣ ਅਸੀਂ ਠੱਲ ਪਾਉਂਦੇ ਹਾਂ ਅਸੀਂ ਗੀਤ ਹੁਣ ਮੋਹਰ ਲਿਖਦੇ ਹਾਂ ਜਾਂ ਕਈ ਇਹੋ ਜਿਹੇ ਗੀਤ ਵੀ ਆ ਰਹੇ ਨਸ਼ਾ ਬੰਦ ਕਰੋ ਅਤੇ ਮੋਰਚੇ ਵੀ ਲੱਗ ਰਿਹਾ ਸਾਰਾ ਕੁਛ ਇਟਸ ਟੂ ਲੇਟ ਨਾ ਯਾ ਦੈਟਸ ਵਾਈ ਮੈਂ ਕਿਹਾ ਕਿ ਜੇ ਕਲਮ ਦੇ ਵਿੱਚੋਂ ਤੁਸੀਂ ਕੁਛ ਲਿਖਣਾ ਹੈਗਾ ਚੰਗਾ ਲਿਖੋ ਕਿ ਕੋਈ ਨਿਆਣਾ ਤੁਹਾਨੂੰ ਫੋਲੋ ਕਰਦਾ ਹੈਗਾ ਸਿੰਗਰ ਨੇ ਵੀ ਗਾ ਦਿੰਦੇ ਕਿ ਸਿੰਗਰ ਨੂੰ ਵੀ ਚਾਹੀਦਾ ਕਿ ਕੁਛ ਤੁਸੀਂ ਗਾਣਾ ਜੇ ਸੁਣਦੇ ਹੈਗੇ ਆ ਤੁਸੀਂ ਯੂ ਹੈਵ ਟੂ ਥਿੰਕ ਫਸਟ ਜਿਵੇਂ ਕਿ ਅੱਗੇ ਮੈਂ ਦੱਸਿਆ ਕਿ ਜਮਲਾ ਜੱਟ ਦੇ ਗਾਣੇ ਚੱਲਦੇ ਹੁੰਦੇ ਸੀ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਜਾ ਲਾਲਾ ਵੈਂਦੀ ਦੁਨੀਆ ਸਾਰੀ ਏ ਤੇਰੇ ਇੱਥੇ ਬੰਦੇ ਆਦਮ ਖਾਣੇ ਨੇ ਸੱਜਣ ਨਾਲੋਂ ਵੱਧ ਕੇ ਠੱਗ ਸਿਆਣੇ ਨੇ ਸਦਨੇ ਦੇ ਹੱਥ ਮੁੜ ਕੇ ਫੜੀ ਕਟਾਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਬੱਚੇ ਬੱਚੇ ਦੀ ਜਵਾਨ ਉੱਤੇ ਗੀਤ ਹੁੰਦਾ ਸੀ ਉਹ ਇਹੋ ਜਿਹਾ ਗੀਤ ਹੋਇਆ ਕਰਦੇ ਸਨ ਧਾਰਮਿਕ ਗੀਤ ਉਸ ਵੇਲੇ ਹਿੱਟ ਹੋਇਆ ਕਰਦੇ ਜਦੋਂ ਅੱਜ ਜਾਣੀ ਪਬਲਿਕ ਵਿੱਚ ਹਿੱਟ ਹੁੰਦੇ ਸੀਗੇ ਉਹਨਾਂ ਲੋਕ ਗੀਤ ਬਣ ਗਿਆ ਸੀ ਧਾਰਮਿਕ ਗੀਤ ਤੇ ਲੇਕਿਨ ਹੁਣ ਗੀਤਾਂ ਦਾ ਰੁੱਖ ਹੀ ਹੋਰ ਪਾਸੇ ਨੂੰ ਤੇ ਤੁਸੀਂ ਦੋ ਲਾਈਨਾਂ ਹੋਰ ਕੁਛ ਸੁਣਾਉਣਾ ਚਾਹੁੰਦੇ ਆਏ ਪਲੀਜ਼ ਦੱਸੋ ਮੈਨੂੰ ਕੀ ਸੁਣਾਈ ਹੈ ਐਨੀ ਜਿਹੜਾ ਆਪਾਂ ਇਸ ਵਕਤ ਸਿੱਖ ਚੈਨਲ ਦੇ ਤੌਰ 'ਤੇ ਜਿਹੜੇ ਘਰ ਬੈਠੇ ਦਰਸ਼ਕ ਹੈਗੇ ਆ ਦੇਖਦੇ ਹੈਗੇ ਆ ਉਸ ਹਿਸਾਬ ਦਾ ਪਲੀਜ਼ ਕੋਈ ਕੋਈ ਪਰਿਵਾਰਿਕ ਜਿਹਾ ਗਾਣਾ ਆਵੇ ਜੀ ਚਲੋ ਮੈਂ ਜਿਹੜੀ ਆਪਾਂ ਵੀਡੀਓ ਦੇਖੀ ਆ ਮੈਂ ਉਹਦੇ ਵਿੱਚ ਹਾਂਜੀ ਪਲੀਜ਼ ਇਹ ਦੁਨੀਆ ਰਹਿਣ ਬਸੇਰਾ ਇੱਥੇ ਕੁਝ ਨਹੀਂ ਬੰਦੇ ਆ ਤੇਰਾ ਆਪਾਂ ਜਿਹੜੇ ਚੈਟੀ ਸ਼ੋਅ ਦੇ ਵਾਸਤੇ ਆਪਾਂ ਅੱਜ ਇਕੱਠੇ ਹੋਏ ਹਾਂ ਉਹਦੇ 'ਚ ਇੱਕ ਮੈਸੇਜ ਸਮਝ ਲਓ ਕਿ ਕੱਲ੍ਹ ਦਾ ਕੋਈ ਪਤਾ ਨਹੀਂ ਕੱਲ੍ਹ ਨੂੰ ਕਿਹੜੇ ਬੰਦੇ ਦੇ ਕਿੰਨੇ ਕਿਸਾਨ ਆ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਕੋਈ ਚੰਗਾ ਕੰਮ ਕਰ ਜਾਓ
ਭਾਵੇਂ ਤੁਸੀਂ ਪੈਸਿਆਂ ਵੱਲੋਂ ਜਾਂ ਕਿਸੇ ਹੋਰ ਪੱਖ ਵੱਲੋਂ ਜਿੱਦੋਂ ਵੀ ਤੁਸੀਂ ਚੰਗਾ ਕੰਮ ਕਰ ਸਕਦੇ ਕੋਈ ਕਰ ਜਾਓ। ਇਹ ਦੁਨੀਆ ਰਹਿਣ ਬਸੇਰਾ ਇੱਥੇ ਕੁਝ ਨਹੀਂ ਬੰਦਿਆ ਤੇਰਾ ਕਦ ਮਿਲਨੇ ਮੋਢੇ ਚਾਰ ਕਿਸੇ ਨੂੰ ਪਤਾ ਨਹੀਂ ਕਦ ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ ਉਹ ਪੰਛੀ ਚੁਗਦਾ ਪੇਟ ਆਪਣਾ ਭਰਦਾ ਏ ਉਹ ਪੰਛੀ ਚੁਗਦਾ ਪੇਟ ਆਪਣਾ ਭਰਦਾ ਏ ਪਰ ਤੁਬਕ ਤੁਬਕ ਕੇ ਹਰ ਖੜਾਕ ਤੋਂ ਡਰਦਾ ਏ ਤੁਬਕ ਤੁਬਕ ਕੇ ਹਰ ਖੜਾਕ ਤੋਂ ਡਰਦਾ ਏ ਉਹ ਕਦ ਜਾਏ ਉਡਾਰੀ ਮਾਰ ਕਿਸੇ ਨੂੰ ਪਤਾ ਨਹੀਂ ਕਦ ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ ਛੱਡ ਜਾਣਾ ਸੰਸਾਰ ਕਿਸੇ ਨੂੰ ਪਤਾ ਨਹੀਂ ਵਾਹ ਦੱਸਣਾ ਦੱਸ ਖੋਲ ਐਕਚੁਅਲੀ ਲੈਜੈਂਡ ਕਿਉਂਕਿ ਗਾਣੇ ਦੇ ਵਿੱਚ ਕੋਈ ਮੀਨਿੰਗ ਹੁੰਦਾ ਹੈਗਾ ਅਤੇ ਉਸਨੂੰ ਸੁਣ ਕੇ ਦਿਲ ਦੀਆਂ ਗਹਿਰਾਈਆਂ ਤੱਕ ਜਾਂਦਾ ਹੈਗਾ ਦਿਲ ਨੂੰ ਛੂੰਹਦਾ ਗਾਣਾ ਹੁੰਦਾ ਸੋ ਆਪਾਂ ਅੱਜ ਗੱਲ ਕਰ ਰਹੇ ਕਿ ਚੈਰਿਟੀ ਜਿਹੜੀ ਚਿਲਡਰਨ ਹੋਸਪਿਟਲ ਦੇ ਲਈ ਚੈਰਿਟੀ ਹੈਗੀ ਆ ਕੱਲ੍ਹ ਰੈੱਡ ਲੀਫ ਦੇ ਵਿੱਚ ਵੈਸਟ ਪ੍ਰੋਮ ਦੇ ਵਿੱਚ ਅਤੇ ਜੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੈਗੇ ਆ ਆਪਣਾ ਕੋਈ ਹਿੱਸਾ ਪਾਉਣਾ ਚਾਹੁੰਦੇ ਹੈਗੇ ਆ ਦੈਨ ਤੁਸੀਂ ਬੜੀ ਖੁਸ਼ੀ ਦੇ ਨਾਲ ਜਾ ਸਕਦੇ ਹੈ ਅਤੇ ਨਾਲ ਤੁਸੀਂ ਖਾਣੇ ਦਾ ਵੀ ਆਨੰਦ ਲੈ ਸਕਦੇ ਅਤੇ ਮਨੋਰੰਜਨ ਵੀ ਕਰ ਸਕਦੇ ਹੈਗੇ ਉੱਥੇ ਅਤੇ ਆਪਾਂ ਫਿਰ ਵਾਪਸ ਆਉਂਦੇ ਕਿ ਜਿਹੜਾ ਆਪਾਂ ਕੱਲ੍ਹ ਚੈਰਿਟੀ ਸ਼ੋਅ ਕਰ ਰਹੇ ਹੈਗੇ ਹਾਂ ਤੁਸੀਂ ਉਸ ਦੇ ਵਿੱਚ ਕਿਸ ਹਿਸਾਬ ਦੇ ਜਿਹੜੇ ਸੌਂਗ ਗਾਉਣੇ ਹੈਗੇ ਦੇਖੋ ਜਿਹੋ ਜਿਹਾ ਪਬਲਿਕ ਹੋਊਗੀ ਕਿਉਂਕਿ ਮਹਿਫਲ ਦੇ ਹਿਸਾਬ ਨਾਲ ਗੀਤ ਗਾਉਣੇ ਪੈਂਦੇ ਆ ਜੇ ਹੁਣ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਗੁਰਬਾਣੀ ਧਾਰਮਿਕ ਇਤਿਹਾਸ ਦੇ ਗਾਏ ਜਾਂਦੇ ਜੇ ਅਸੀਂ ਕਿਸੇ ਮੰਦਰ 'ਚ ਗਾਉਂਦੇ ਹਾਂ ਉੱਥੇ ਉਸ ਹਿਸਾਬ ਨਾਲ ਗਾਏ ਜਾਂਦੇ ਆ ਪੀਰ ਦਰਬਾਰ ਵੀ ਅਸੀਂ ਪ੍ਰੋਗਰਾਮ ਕਰਦੇ ਹਾਂ ਉੱਥੇ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਹੋ ਜਿਹਾ ਅਸੀਂ ਮਤਲਬ ਗਾਈਦੇ ਜਿਹੋ ਜਿਹੀ ਮਹਿਫਲ ਹੋਵੇ ਉਸ ਹਿਸਾਬ ਨਾਲ ਮਹਿਫਲ ਜ਼ਿਆਦਾ ਜਿਹੜੇ ਸਾਡੇ ਇੰਗਲੈਂਡ ਦੀਆਂ ਪਾਰਟੀਆਂ ਉੱਥੇ ਡਾਂਸਿੰਗ ਮਾਹੌਲ ਹੁੰਦਾ ਡਾਂਸਿੰਗ ਮਾਹੌਲ ਹੁੰਦਾ ਹੈ ਲੋਕ ਡਿਨਰ ਖਾਣ ਜਾਂਦੇ ਉਹ ਆਪਣਾ ਸਟ੍ਰੈਸ ਭੁਲਾ ਕੇ ਜਾਂਦੇ ਆ ਇੰਜੋਏ ਵੀ ਕਰਦੇ ਆ ਹਨਾ ਸਟ੍ਰੈਸ ਨੂੰ ਛੱਡ ਕੇ ਮੇਰਾ ਖਿਆਲ ਆ ਮੇਰਾ ਖਿਆਲ ਹੈ ਕਿ ਭੰਗੜਾ ਭੰਗੜੇ ਗਿੱਧੇ ਦਾ ਮਾਹੌਲ ਭੰਗੜਾ ਗਿੱਧੇ ਦਾ ਮਾਹੌਲ ਹੋ ਗਿਆ ਸੋ ਤੁਸੀਂ ਨਾਲ ਹੋਰ ਵੀ ਸਿੰਗਰ ਹੈਗਾ ਸਾਹਿਬ ਸਿੰਘ ਇੱਕ ਸਾਹਿਬ ਸਿੰਘ ਆ ਔਰ ਇੱਕ ਮਨੀਕੋ ਹਾਂ ਮਨੀਕੋ ਆ ਤੇ ਇੱਕ ਹੋਰ ਹੈਗਾ ਮਨੋਨ ਦਾ ਨਾਂ ਨਹੀਂ ਯਾਦ ਰਿਹਾ ਮੈਂਗੋ ਵਾਲੀ ਆ ਸਮਥਿੰਗ ਅਜੀਸ ਅੱਛਾ ਹਾਂਜੀ ਤੇ ਤੁਸੀਂ ਜ਼ਰੂਰ ਜਾਓ ਜੀ ਤੇ ਕੀ ਨਾਂ ਦੱਸਿਆ ਮੈਂਗੋ ਵਾਲੀ ਮੈਂਗੋ ਵਾਲੀ ਸਮਥਿੰਗ ਮੈਂਗੋ ਵਾਲੀ ਅੱਛਾ ਹਾਂਜੀ ਪਰ ਮੈਨੂੰ ਮੋਲ ਨਾਂ ਨਹੀਂ ਪਤਾ ਹੈਗਾ ਅੱਛਾ ਅੱਛਾ ਹਾਂਜੀ ਤੇ ਜਿਹੜਾ ਪੋਸਟਰ ਹੈਗਾ ਮੈਂ ਆਪਣੇ ਸਟੂਡੀਓ ਵਿੱਚ ਜ਼ਰੂਰ ਛੱਡ ਕੇ ਜਾਵਾਂਗੀ ਜੇ ਤੁਸੀਂ ਜਾਣਾ ਚਾਹੁੰਦੇ ਹੈਗੇ ਆ ਉਹ ਯੂ ਕੈਨ ਫੋਲੋ ਦਮ ਫੇਸਬੁੱਕ ਹੈ ਸਰ ਫੇਸਬੁੱਕ ਦੇ ਉੱਤੇ ਇਹਨਾਂ ਦੇ ਜਿਹੜਾ ਪੋਸਟਰ ਹੈਗਾ ਲੱਗਾ ਹੋਇਆ ਹੈਗਾ ਬਲਬੀਰ ਭੁਜਹੰਗੀ ਫੇਸਬੁੱਕ ਹੈਗੀ ਕਿ ਆ ਬਲਵਿੰਦਰ ਸਫਰੀ ਜੀ ਟਵਿੱਟਰ ਵੀ ਹੈਗਾ ਇੰਸਟਾਗ੍ਰਾਮ ਵੀ ਹੈਗਾ ਦੇ ਕੈਨ ਫੋਲੋ ਯੂ ਐਵਰੀ ਵੇ ਹੈ ਨਾ ਉੱਥੇ ਤੁਸੀਂ ਜਿਹੜਾ ਪੋਸਟਰ ਲੱਗਾ ਹੋਇਆ ਤੁਸੀਂ ਪੋਸਟਰ ਉੱਥੇ ਦੇਖ ਸਕਦੇ ਹੈਗੇ ਆ ਅਤੇ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਜਿਹੜਾ ਇਹ ਮਿਊਜ਼ਿਕ ਹੈਗਾ ਤੁਸੀਂ ਅਗਾਂਹ ਕਿਸੇ ਨੂੰ ਸਿਖਾ ਵੀ ਰਹੇ ਹੈਗੇ ਆ ਕਿ ਇਹ ਜਿਹੜਾ ਮਿਊਜ਼ਿਕ ਆਪਣੇ ਖੁਦ ਤੱਕ ਹੀ ਸੀਮਤ ਰੱਖਿਆ ਹੈਗਾ ਦੇਖੋ ਜੀ ਸਾਨੂੰ ਵੈਸੇ ਸਾਡੀ ਡਿਊਟੀ ਬਣਦੀ ਕਿ ਅਸੀਂ ਇਸ ਤਰ੍ਹਾਂ ਸੰਗੀਤ ਇਹਨੂੰ ਅੱਗੇ ਅਗਾਂਹ ਤੋਰੀਏ ਸਾਡੇ ਤੋਂ ਕੋਈ ਹੋਰ ਬੰਦਾ ਸਿੱਖ ਸਕੇ ਕੋਈ ਬੱਚਾ ਸਿੱਖ ਸਕੇ ਉਹ ਸਿੱਖੇ ਮਿਊਜ਼ਿਕ ਨੂੰ ਲੈ ਕੇ ਪਤਾ ਨਹੀਂ ਉਹ ਕੱਲ੍ਹ ਨੂੰ ਕਿੱਡਾ ਕੁ ਸਟਾਰ ਬਣ ਜਾਂਦਾ ਪਰ ਮੈਂ ਦੇਖਿਆ ਭੁਜਹੰਗੀ ਸਾਹਿਬ ਤੁਸੀਂ ਵੀ ਸ਼ਾਇਦ ਐਕਸਪੀਰੀਅੰਸ ਕੀਤਾ ਹੋਊ ਇਸ ਚੀਜ਼ ਨੂੰ ਮੈਂ ਦੇਖਿਆ ਵੀ ਜਿਹੜੇ ਵੀ ਬੱਚੇ ਸਿੱਖਣਾ ਸ਼ੁਰੂ ਕਰਦੇ ਨਾ ਉਹ ਦੂਏ ਦਾ ਸਟਾਰ ਬਣਨਾ ਚਾਹੁੰਦੇ ਆ ਉਹ ਪਹਿਲਾਂ ਪੁੱਛ ਲੈਂਦੇ ਵੀ ਅੰਕਲ ਮੈਂ ਕਿੰਨੇ ਚਿਰ 'ਤੇ ਗਾਣਾ ਕੱਢ ਲੂੰਗਾ ਦੇਵਾਨ ਇੱਕ ਸਿੰਗਰ ਦਾ ਟੈਗ ਲਗਾਉਣਾ ਉਹਨਾਂ ਨੇ ਆਪਣੇ ਅੱਗੇ ਦੱਸ ਕਰਕੇ ਉਹਨਾਂ ਦਾ ਜਿਹੜਾ ਸਿੱਖਣਾ ਉਹਨਾਂ ਥੋੜ੍ਹੀ ਮੁਸ਼ਕਲ ਹੋ ਰਿਹਾ ਅਤੇ ਸਾਡੀ ਪੂਰੀ ਕੋਸ਼ਿਸ਼ ਹੈ ਵੀ ਕੱਲ੍ਹ ਨੂੰ ਸਾਡੇ ਬੱਚੇ ਜਿਹੜੇ ਚੰਗਾ ਮਿਊਜ਼ਿਕ ਸਿੱਖ ਕੇ ਚੰਗੇ ਲਿਰਿਕ ਨੂੰ ਸਿੱਖ ਕੇ ਪੜ੍ਹ ਕੇ ਚੰਗਾ ਕੋਈ ਮਿਊਜ਼ਿਕ ਤਿਆਰ ਕਰਕੇ ਲੋਕਾਂ 'ਚ ਪੇਸ਼ ਕਰਨ ਅਤੇ ਤੁਸੀਂ ਮਿਊਜ਼ਿਕ ਅਗਾਂਹ ਤੋਰਿਆ ਹੈਗਾ ਆਪਣੀ ਫੈਮਿਲੀ ਦੇ ਵਿੱਚ ਜਾਂ ਤੁਸੀਂ ਕਿਸੇ ਨੂੰ ਸਿਖਾ ਰਹੇ ਹੈਗੇ ਅਸੀਂ ਤਾਂ ਕੋਸ਼ਿਸ਼ ਕਰੀਦੀ ਹੈ ਕਿ ਸਿੱਖਣ ਅਸੀਂ ਵੀ ਸੁਣ ਸੁਣ ਕੇ ਸਿੱਖਿਆ ਜਿਵੇਂ ਕਿ ਉਸਤਾਦਾਂ ਕੋਲੋਂ ਜਮਦਾ ਸਾਹਿਬ ਨੂੰ ਸੁਰਿੰਦਰ ਕੌਰ ਨੂੰ ਆਸਾ ਸਿੰਘ ਮਸਤਾਨਾ ਨੂੰ ਜਾਂ ਲਤਾ ਮੰਗੇਸ਼ਕਰ ਨੂੰ ਰਫੀ ਸਾਹਿਬ ਨੂੰ ਸੁਣ ਸੁਣ ਕੇ ਮਤਲਬ ਅਤੇ ਸੁਣਿਆ ਚੰਗੇ ਸਿੰਗਰਾਂ ਨੂੰ ਸੁਣੋ ਅਤੇ ਮੇਰੇ ਡੋਟਰ ਆ ਅਟੈਨਲ ਤਾਲ ਪਾਰਵ ਉਹਦਾ ਆਪਣਾ ਜਥਾ ਬਣਾਇਆ ਉਹਨੇ ਢੋਲ ਸਿਖਾਲਦੀ ਆ ਫਿਲਮਾਂ ਵਿੱਚ ਉਹਨੇ ਢੋਲ ਵਜਾਇਆ ਸਾਡੇ ਨਾਲ ਅੱਗੇ ਤਰੱਕੀ ਕਰ ਗਈ ਆ ਅਤੇ ਜਮਲਾ ਜੱਟ ਜਮਲਾ ਪਗਲਾ ਦੀਵਾਨਾ ਧਰਮਿੰਦਰ ਦੀ ਸੰਧੀ ਦਿਓਲ ਦੀ
ਅਤੇ ਬੌਬੀ ਦਿਓਲ ਦੀ ਫਿਲਮ ਹੈ, ਉਹਦੇ ਵਿੱਚ ਉਹਨੇ ਢੋਲ ਵਜਾਇਆ। ਇੱਕ ਸ਼ਾਨਦਾਰ ਫਿਲਮ ਆਈ ਸੀ ਉਹਦੇ ਵਿੱਚ, ਅਤੇ ਇੱਕ ਹੋਰ ਸੀਗੀ ਰਣਬੀਰ ਕਪੂਰ ਦੀ ਫਿਲਮ, ਉਹਦੇ ਵਿੱਚ ਢੋਲ ਵਜਾਇਆ। ਤੋ ਬੜੇ ਬੜੇ ਸਟੇਜਾਂ 'ਤੇ ਸ਼ੋਅ ਕਰਦੀ ਆ, ਅਤੇ ਮੇਰੀਆਂ ਗ੍ਰੈਂਡ ਡੋਟਰਾਂ ਪੋਤੀਆਂ ਵੀ ਸਿਮਰਨ, ਅਮਨ ਅਤੇ ਅੰਮ੍ਰਿਤ, ਉਹ ਵੀ ਢੋਲ ਵਜਾਉਂਦੀਆਂ। ਅਤੇ ਉਹ ਲਾਸਟ ਟਾਈਮ ਜੈਨ ਮਕਡੋਨਲ ਦਾ ਇੰਗਲਿਸ਼ ਸ਼ੋਅ ਵਿੱਚ ਉਹਨੇ ਢੋਲ ਵਜਾਇਆ ਸੀ, ਹਾਂਜੀ, ਚੈਨਲ 5 'ਤੇ। ਅਤੇ ਅਸੀਂ ਮਤਲਬ ਕੋਸ਼ਿਸ਼ ਕਰਦੇ ਹਾਂ ਕਿ ਆਪਣੀ ਮਿਊਜ਼ਿਕ ਜਿਹੜੀ ਹੈ ਅੱਗੇ ਪੇਸ਼ ਕਰੀਏ, ਬੱਚੇ ਵੀ ਇਸ ਚੀਜ਼ ਨੂੰ ਸਿੱਖ ਕੇ। ਫਿਰ ਨਾਮ ਵੀ ਕਹਿੰਦੇ ਨੇ ਕਿ ਰੋਸ਼ਨ ਹੁੰਦਾ ਹੈਗਾ ਗਾਂਹ ਤੋਂ ਗਾਂਹ, ਹਾਂਜੀ, ਹੈ ਨਾ। ਇਸ ਪੰਜਾਬੀ ਮਿਊਜ਼ਿਕ ਨੂੰ ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਚੱਲਦਾ ਰਹੇ ਅੱਗੇ ਜਨ ਪੀੜ੍ਹੀ ਟੂ ਪੀੜ੍ਹੀ। ਪਰ ਇਹ ਵੀ ਹੈ ਕਿ ਚੰਗਾ ਮਿਊਜ਼ਿਕ ਪਬਲਿਕ ਵਿੱਚ ਉਹ ਪੇਸ਼ ਕਰਨ, ਜੋ ਕਿ ਜਿੱਥੋਂ ਅਸੀਂ ਸ਼ੁਰੂਆਤ ਕੀਤੀ ਸੀ 1967 ਤੋਂ, ਭੁਜੰਗੀ ਜਥੇ ਤੋਂ। ਪਹਿਲਾਂ ਭੁਜੰਗੀ ਜਥਾ ਹੁੰਦਾ ਸੀ, ਅਸੀਂ ਮਤਲਬ ਟੀਨੇਜਰ ਹੀ ਸੀਗੇ। ਦਰਸ਼ਨ ਸਿੰਘ ਭੋਗਲ ਨੇ ਇੱਕ ਇਹ ਜਥੇ ਨੂੰ ਸਟੇਜ 'ਤੇ ਪੇਸ਼ ਕੀਤਾ ਸੰਗਤ ਸਾਹਮਣੇ, ਸਕੂਲ ਵਿੱਚ ਪੜ੍ਹਦੇ ਹੁੰਦੇ ਸੀ ਪੰਜਾਬੀ ਸਕੂਲ ਵਿੱਚ। ਅਤੇ ਉੱਥੋਂ ਮਤਲਬ ਅਸੀਂ ਇਸ ਚੀਜ਼ ਨੂੰ ਅੱਗੇ ਲਿਆ ਜਾ ਕੇ, ਅਤੇ ਮੇਨ ਉਹਨਾਂ ਨੇ ਇਹ ਚੀਜ਼ ਦੱਸਿਆ ਸੀ, ਜਿੱਦਾਂ ਚਾਟੀ ਦੇ ਆਪਾਂ ਪ੍ਰੋਗਰਾਮ ਕਰ ਰਹੇ ਹਾਂ, ਉਹ ਕਹਿੰਦੇ ਸੀ ਵੀ ਕਿਤੇ ਵੀ ਕੋਈ ਚਾਟੀ ਦਾ ਪ੍ਰੋਗਰਾਮ ਹੋਵੇ ਤੁਸੀਂ ਫ੍ਰੀ ਕਰਨਾ, ਕਦੇ ਪੈਸੇ ਨਹੀਂ ਲੈਣੇ। ਅਸੀਂ ਉਸ ਚੀਜ਼ ਨੂੰ ਲਾੜ ਬੰਨ੍ਹ ਲਿਆ। ਦਰਸ਼ਨ ਸਿੰਘ ਭੋਗਲ ਅਜੇ ਵੀ ਸਾਡੇ ਮਾਸਟਰ, ਠੀਕ ਹੈ, ਉਹ ਪ੍ਰੋਗਰਾਮ ਵੀ ਇੱਕ ਚੈਨਲ 'ਤੇ ਕਰਦੇ ਆ, ਅਤੇ ਠੀਕ ਠਾਕ ਆ। ਅਤੇ ਮਤਲਬ ਇਹ ਉਸ ਚੀਜ਼ ਨੂੰ ਅਸੀਂ ਲੜ ਬੰਨ੍ਹ ਲਿਆ। ਜਦੋਂ ਵੀ ਇੱਦਾਂ ਦਾ ਕੋਈ ਮੌਕਾ ਮਿਲਦਾ ਸਾਨੂੰ ਚਾਰਟੀ ਪ੍ਰੋਗਰਾਮ ਕਰਨ ਦਾ, ਅਸੀਂ ਹਾਂ ਫ੍ਰੀ ਆਫ ਚਾਰਜ, ਸਾਡੇ ਡੈਡੀ ਨੇ ਵੀ ਇਹੀ ਸਾਨੂੰ ਸਿਖਾਇਆ ਹੋਇਆ, ਹਾਂਜੀ, ਕਿ ਤੁਸੀਂ ਫ੍ਰੀ ਆਫ ਚਾਰਜ ਸੇਵਾ ਜਿਹੜੀ ਜਿੰਨੀ ਵੀ ਹੋ ਸਕਦੀ ਹੈਗੀ, ਹਾਂਜੀ, ਇੱਥੇ ਜ਼ਰੂਰਤ ਹੈ ਉੱਥੇ ਸਾਨੂੰ ਕਰਨੀ ਚਾਹੀਦੀ ਹੈ, ਕਰਨੀ ਚਾਹੀਦੀ ਹੈ। ਅਤੇ ਸਫਰ ਜੀ, ਤੁਸੀਂ ਮਾਣਕ ਸਾਹਿਬ ਨੂੰ ਸੁਣਿਆ ਹੈਗਾ, ਕਲੀਆਂ ਦੇ ਬਾਦਸ਼ਾਹ ਮਾਣਕ ਸਾਹਿਬ? ਹਾਂਜੀ ਬਿਲਕੁਲ ਜੀ, ਬਹੁਤ ਬਚਪਨ ਤੋਂ ਸੁਣ ਰਹੇ ਉਹਨਾਂ ਨੂੰ, ਹੈ ਨਾ। ਅਤੇ ਉਹਨਾਂ ਦਾ ਇੱਕ ਗਾਣਾ ਹੈਗਾ ਮਾਂ ਹੁੰਦੀ ਹੈ ਮਾਂ, ਜੇ ਉਸਦੇ ਦੋ ਲਵਸ ਪਲੀਜ਼। ਤੂੰ ਕਹਿ ਮੈਂ ਤੇਰੀ ਵੱਲੋਂ ਕਰਦਾ। ਹਾਂ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ, ਹੋ ਮਾਂ ਹੈ ਠੰਡੜੀ ਛਾਂ ਦੁਨੀਆ ਵਾਲਿਓ, ਮਾਂ ਬਿਨਾ ਹੈ ਕੁੱਪ ਨੇਰਾ, ਸੁੰਨਾ ਦਿਸਦਾ ਚਾਰ ਚੁਫੇਰਾ, ਕੋਈ ਨਹੀਂ ਫੜਦਾ ਬਾਂ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ। ਕਹਿੰਦੇ ਨੇ ਕਿ ਇਸ ਗਾਣੇ ਦੇ ਵਿੱਚ ਇੰਨੀ ਡੰਗਾਈ, ਇੰਨੀ ਸੱਚਾਈ ਹੈਗੀ ਆ, ਬਹੁਤ ਵੱਡਾ ਮੈਸੇਜ ਹੈਗਾ ਸਾਡੇ ਸਾਰਿਆਂ ਦੇ ਲਈ, ਕਿ ਜਿੱਥੇ ਤੱਕ ਹੋ ਸਕਦੀ ਹੈ ਕਿ ਤੁਸੀਂ ਆਪਣੇ ਮਾਂ ਬਾਪ ਦੀ ਸੇਵਾ ਕਰੋ। ਹਾਂਜੀ ਹਾਂਜੀ, ਮਾਣਕ ਦੇ ਗਾਣੇ ਅਸੀਂ ਕਾਫੀ ਗਾਉਂਦੇ ਰਹੇ ਹਾਂ, ਅਤੇ ਅਸੀਂ ਮਤਲਬ ਵੀ ਇਹ ਜਿਹੜੀਆਂ ਮਾਣਕ ਨੇ ਰਿਕਾਰਡ ਕੀਤੀਆਂ ਚੀਜ਼ਾਂ ਨਾ, ਅਸੀਂ ਨਿੱਕੇ ਹੁੰਦੇ ਮੇਲਿਆਂ ਵਿੱਚ ਸੁਣਦੇ ਹੁੰਦੇ ਸੀ, ਝੂਟਦੀਆਂ ਮਟਿਆਰਾਂ, ਝੂਟਦੀਆਂ, ਇਹ ਜਿਹੜੇ ਪੰਜਾਬੀ ਲੋਕ ਗਾਥਾਵਾਂ ਸੁਣ ਜਾਣੀਆਂ, ਉਹਨਾਂ ਨੂੰ ਦੁਬਾਰਾ ਉਹਨਾਂ ਰਿਕਾਰਡ, ਦੋ ਤਾਰਾ ਵੱਜਦਾ ਨੂਰ ਮਹਿਲ ਦੀ ਮੋਰੀ, ਦੁਬਾਰਾ ਉਹਨਾਂ ਨੂੰ ਰਿਕਾਰਡਾਂ ਵਿੱਚ ਜਾ ਕੇ, ਹਾਂਜੀ, ਉਹ ਪੁਰਾਣੇ ਰਾਗਾਂ ਨੂੰ, ਸੱਭਿਆਚਾਰ ਨੂੰ, ਪੰਜਾਬੀ ਜਿਹੜਾ ਫੋਕ ਸਾਡਾ ਹੈ ਨਾ, ਗੁਆਚਿਆ ਸੀ ਤਰੀਕੇ ਨਾਲ, ਜਾਣੀ ਬਹੁਤ ਗੱਡੀ ਵੱਡੀ ਇਹਨਾਂ ਦੀ, ਮਤਲਬ ਮਾਣਕ ਦੀ ਦੇਣ ਆ। ਤਾਂ ਕਹਿੰਦੇ ਨੇ ਕਿ ਹਾਲੇ ਤੱਕ ਵੀ ਉਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਚਮਕਦਾ ਰਹੇਗਾ। ਹਾਂਜੀ ਹਾਂਜੀ, ਕਹਿੰਦੇ ਕਿ ਕਲੀਆਂ ਦੇ ਬਾਦਸ਼ਾਹ ਮਾਣਕ ਸਾਹਿਬ, ਸਹੀ ਗੱਲ। ਅਤੇ ਤੁਸੀਂ ਸਫਰ ਜੀ, ਜਦੋਂ ਆਪਾਂ ਨੋਰਮਲ ਸਫਰੀ ਜੀ ਸੀਗੇ, ਅਤੇ ਹੁਣ ਤੁਸੀਂ ਬਲਵਿੰਦਰ ਸਫਰੀ, ਸਫਰੀਜ਼ ਬੋਏ, ਹਾਂਜੀ ਹਾਂਜੀ, ਅਤੇ ਹਾਊ ਯੂ ਫੀਲ, ਕਿ ਤੁਹਾਨੂੰ ਕਿੱਦਾਂ ਲੱਗਦਾ? ਦੇਖੋ ਜੀ, ਮੈਂ ਜਦੋਂ ਮੈਂ ਪਹਿਲਾਂ ਨੋਰਮਲ ਸੀਗਾ, ਮੈਨੂੰ ਉਦੋਂ ਵੀ ਉਹੀ ਮਹਿਸੂਸ ਹੁੰਦਾ ਸੀ, ਹੁਣ ਜੇ ਲੋਕਾਂ ਨੇ ਸਫਰੀ ਜੀ ਬਣਾਇਆ ਤਾਂ ਮੈਨੂੰ ਫਿਰ ਵੀ ਉਹੀ ਮਹਿਸੂਸ ਹੁੰਦਾ, ਮੈਨੂੰ ਕੋਈ ਫਰਕ ਨਹੀਂ ਪਿਆ। ਅੱਛਾ, ਕਿਉਂਕਿ ਇੱਕ ਨੋਰਮਲ ਜਿਹੜਾ ਬੰਦਾ ਹੈ ਉਹ ਨੋਰਮਲ ਜ਼ਿੰਦਗੀ ਜੀਵੇ ਤਾਂ ਵਧੀਆ ਲੱਗਦਾ, ਉਹਨੂੰ ਕੋਈ ਦੁੱਖ ਨਹੀਂ ਹੁੰਦਾ ਫਿਰ। ਨਹੀਂ, ਸਹੀ ਗੱਲ ਹੈ, ਜੇ ਤਾਂ ਬਾਲੇ ਉੱਪਰ ਚੱਲਦੇ ਉਹ ਤਾਂ ਉਹ ਫਿਰ ਵਿਗੜਨ ਬੰਦਾ, ਕਿਉਂਕਿ ਉਹਨਾਂ ਦੀ ਜ਼ਮੀਨ ਤੇ ਹੀ ਹੈ, ਉਹਨਾਂ ਦੀ ਜ਼ਮੀਨ ਤੇ। ਤੇ 2 ਮਿੰਟ ਰਹਿੰਦੇ ਹੈ ਕਿ ਪਲੀਜ਼, ਤੇ 2 ਮਿੰਟ ਦੇ ਵਿੱਚ ਤੁਸੀਂ ਜਿਹੜਾ ਆਪਣਾ ਮੈਸੇਜ ਸਾਡੇ ਸੋਚੇ ਤੱਕ ਜੀ, ਨੋ ਮੈਸੇਜ ਇਹੀ ਆ ਜੀ ਕਿ ਕੱਲ ਨੂੰ ਰੈਡ ਲੀਫ ਹਾਈ ਸਟ੍ਰੀਟ ਵੈਸਟ ਪ੍ਰੋਮਿਸ ਦੇ ਵਿੱਚ ਤੁਸੀਂ ਪਹੁੰਚੋ, ਇਹ ਜਿਹੜੀ ਚੈਰਿਟੀ ਅਸੀਂ ਕਰ ਰਹੇ ਹਾਂ ਉਹਨੂੰ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਹੈ, ਅਤੇ ਤੁਹਾਡਾ ਵੀਰਾ ਭਲਾ ਕਰੇ, ਅਤੇ ਸਾਰੇ ਜਿੰਨੇ ਵੀ ਬੱਚੇ ਆ ਜਿਹਨਾਂ ਦੀ ਸਪੋਰਟ ਵਾਸਤੇ ਅਸੀਂ ਖੜ੍ਹੇ ਹੋਏ ਹਾਂ, ਉਹਨਾਂ ਦਾ ਵੀਰਾ ਭਲਾ ਕਰੇ, ਅਤੇ ਜ਼ਰੂਰ ਪਹੁੰਚੋ। ਇੱਕ ਮਿੰਟ, ਹਾਂਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਿੱਖ ਕੌਮ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਦੀ ਆ, ਔਰ ਹਮੇਸ਼ਾ ਹੀ ਸਾਨੂੰ ਚਾਹੀਦਾ ਕਿ ਵੱਧ ਚੜ੍ਹ ਕੇ ਗਰੀਬਾਂ ਦੀ ਮਦਦ ਕਰੀਏ। ਹਾਂਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੈਗੇ ਅਤੇ ਆਪਣੀ ਜਿਹੜੀ ਚੈਰਿਟੀ ਸ਼ੋਅ ਕਰ ਰਹੇ ਹੈਗੇ ਆ ਉਸਦੇ ਬਾਰੇ ਦੱਸਿਆ ਹੈਗਾ, ਅਤੇ ਹੋਪ ਤੁਸੀਂ ਪ੍ਰੋਗਰਾਮ ਨੂੰ ਜ਼ਰੂਰ ਇੰਜੋਏ ਕੀਤਾ ਹੋਣਾਗਾ, ਅਤੇ ਹੋਪ ਆ ਸੀ ਯੂ ਟਮਾਰੋ, ਉੱਧਰ ਤੁਸੀਂ ਜ਼ਰੂਰ ਜਾ ਕੇ ਬੈਸਟ ਫਰਮ ਰੈਡ ਲੀਫ ਦੇ ਵਿੱਚ ਜਾ ਕੇ ਤੁਸੀਂ ਇਸ ਜਿਹੜੀ ਚੈਰਿਟੀ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹੈਗੇ ਤਾਂ ਜ਼ਰੂਰ ਪਾ ਸਕਦੇ। ਟਾਈਮ ਹੋ ਜਾਣਾ ਮੇਰਾ ਕੰਮ ਜਾਣਾ, ਅਤੇ ਆਪਾਂ ਮਿਲਾਂਗੇ ਨੈਕਸਟ ਵੀਕ ਨੈਕਸਟ ਥਰਸਡੇ 4 ਤੋਂ ਲੈ ਕੇ 5 ਵਜੇ ਤੱਕ।
ਤੁਸੀਂ ਰੱਖਣਾ ਆਪਣਾ ਆਪਣਾ ਖਿਆਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।